ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਬੀ ਡਬਲਯੂ ਪੋਡਕਾਸਟ ਦੇ ਨਵੇਂ ਐਪੀਸੋਡ 'ਚ। ਅਤੇ ਅੱਜ ਫਿਰ ਅਸੀਂ ਤੁਹਾਡੇ ਨਾਲ ਜੁੜੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ। ਅਤੇ ਵੀਡੀਓ ਦਾ ਟੋਪਿਕ ਤਾਂ ਤੁਹਾਨੂੰ ਪਤਾ ਵੈਸੇ ਵੇਖਣ ਵਾਲਿਆਂ ਨੂੰ ਵੀ ਥੰਬਨੇਲ 'ਚ ਕੀ ਹੈ, ਵਹਿਮ ਭਰਮ। ਵਹਿਮ ਭਰਮ ਮਤਲਬ ਉਹ ਵਹਿਮ ਭਰਮ ਨਹੀਂ ਵੀ ਜੋ ਸਾਨੂੰ ਮਿਸਗਾਈਡ ਕਰਦੇ ਨੇ, ਵਹਿਮ ਭਰਮ ਉਹ ਜਿਨ੍ਹਾਂ ਦਾ ਕੋਈ ਮਤਲਬ ਬਣਦਾ। ਮਤਲਬ ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਆਪਣੇ ਘਰਾਂ 'ਚ ਵੀ ਉਹ ਫਲਾਣੇ ਸਿਆਣੇ ਨੇ ਗੱਲ ਕਹੀ ਸੀ ਇੱਦਾਂ, ਵੀ ਸਿਆਣੇ ਇੱਦਾਂ ਕਹਿੰਦੇ ਨੇ, ਸਿਆਣੇ ਉੱਦਾਂ ਕਹਿੰਦੇ ਨੇ। ਉਹ ਸਿਆਣਿਆਂ ਦੀ ਗੱਲ ਕਰਨ ਲੱਗੇ ਆਪਾਂ ਵੀ ਉਹਨਾਂ ਸਿਆਣਿਆਂ ਦੀ ਜੇ ਕੋਈ ਗੱਲ ਕਹੀਏ, ਕਿਉਂ ਕਹੀਏ, ਕਿਵੇਂ ਕਹੀਏ, ਉਹਨਾਂ ਸਿਆਣਿਆਂ ਦੀ ਗੱਲ ਆਪਾਂ ਕੱਟਣੀ ਨੀਗੀ, ਸਮਝਣੀ ਹੈ। ਅਤੇ ਨਾ ਹੀ ਤੁਹਾਨੂੰ ਮਿਸਗਾਈਡ ਕਰਾਂਗੇ ਅਤੇ ਨਾ ਹੀ ਤੁਹਾਨੂੰ ਵੀ ਇਹ ਕਹਾਂਗੇ ਵੀ ਭਾਈ ਵੀ ਤੁਸੀਂ ਫੋਲੋ ਕਰੋ ਨਾ ਕਰੋ, ਵੀ ਸਮਝਣਾ ਤੁਹਾਡਾ ਫਰਜ਼ ਹੈ, ਸਮਝਾਉਣਾ ਸਾਡਾ ਫਰਜ਼ ਹੈ। ਅਤੇ ਸਾਡੇ ਨਾਲ ਸਾਡੀ ਬੀ ਡਬਲਯੂ ਟੀਮ ਦੇ ਖਾਸ ਮੈਂਬਰ ਦਲੇਰ ਸਾਹਿਬ ਜੁੜ ਚੁੱਕੇ ਨੇ ਜੀ। ਸਭ ਤੋਂ ਪਹਿਲਾਂ ਇਹ ਪੋਡਕਾਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਦਾ ਟੋਪਿਕ ਇਹੀ ਹੈ ਜੀ ਆਪਣਾ ਵੀ ਆਪਾਂ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਣਾ ਤੁਹਾਨੂੰ। ਵਹਿਮ ਭਰਮ ਮਤਲਬ ਤਰਕਸ਼ੀਲ ਰਹਿਣਾ ਆਪਣਾ, ਮਤਲਬ ਵੀ ਅਗਰ ਕੋਈ ਕਿਸੇ ਨੇ ਕੁਛ ਕਿਹਾ ਤੁਹਾਨੂੰ ਅੱਗੇ ਤੋਂ, ਤਾਂ ਤੁਹਾਨੂੰ ਪਹਿਲਾਂ ਪਤਾ ਹੋਵੇ ਵੀ ਹਾਂ ਵੀ ਇਸ ਗੱਲ ਦਾ ਮਤਲਬ ਕੀ ਹੈ। ਅਸੀਂ ਤੁਹਾਡੇ ਸਾਹਮਣੇ ਕੁਛ ਐਗਜ਼ਾਮਪਲ ਪੇਸ਼ ਕਰਕੇ ਨਾ ਤੁਹਾਡੇ ਮਾਇੰਡ 'ਚ ਇੱਕ ਬਸ ਇੱਕ ਉਹ ਜਿਹੜੇ ਨਾ ਇਮੋਸ਼ਨ ਕ੍ਰੀਏਟ ਕਰਨਾ ਵੀ ਤੁਸੀਂ ਅੱਗੇ ਤੋਂ ਇਹ ਫੀਲਿੰਗ ਰੱਖਣੀ ਹੈ ਵੀ ਭਾਈ ਅਗਰ ਕੋਈ ਬੰਦਾ ਕਹਿ ਰਿਹਾ ਕੁਛ ਤਾਂ ਕਿਉਂ ਕਹਿ ਰਿਹਾ, ਕਿਵੇਂ ਕਹਿ ਰਿਹਾ, ਇਹਦਾ ਮਤਲਬ ਕੀ ਹੈ। ਅਤੇ ਜਿਵੇਂ ਗੱਲਾਂ ਕਈ ਨੇ ਆਪਾਂ ਜਿਵੇਂ ਕਈ ਗੱਲਾਂ ਸੁਣਦੇ ਹਾਂ ਨੋਰਮਲ, ਉਹਨਾਂ ਗੱਲਾਂ 'ਚੋਂ ਇਹ ਵੀ ਗੱਲ ਹੈ ਵੀ ਜਿਵੇਂ ਭਾਈ ਵੀ ਬਿੱਲੀ ਦਾ ਰਸਤਾ ਕੱਟਣਾ ਵੀ ਬਿੱਲੀ ਰਾਤ ਦੇ ਟਾਈਮ ਰਸਤਾ ਕੱਟ ਜੇ ਜਾਂ ਬਿੱਲੀ ਉੱਦਾਂ ਕਿਤੇ ਰਸਤੇ 'ਚੋਂ ਲੰਘ ਜਾਵੇ ਵੀ ਰਸਤਾ ਪਾਰ ਨਹੀਂ ਕਰਨਾ ਜਾਂ ਹੋਰ ਕਈ ਗੱਲਾਂ। ਅਤੇ ਦਲੇਰ ਜੀ ਤੁਸੀਂ ਸਾਨੂੰ ਕੀ ਕਲੈਰੀਫਾਈ ਕਰੋਗੇ ਇਸ ਗੱਲ ਬਾਰੇ? ਇਹਦੇ ਬਾਰੇ ਜਿੰਨਾ ਕੁ ਮੈਂ ਸੁਣਿਆ ਜਾਂ ਮੈਨੂੰ ਨੌਲੇਜ ਆ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਹ ਪੁਰਾਣੇ ਸਮੇਂ 'ਚ ਸ਼ੁਰੂ ਹੋਈ ਸੀ। ਵੀ ਪੁਰਾਣੇ ਸਮੇਂ 'ਚ ਜਿਵੇਂ ਤੁਸੀਂ ਦੇਖਿਆ ਵੀ ਆਵਾਜਾਈ ਦੇ ਕੁਛ ਜਾਂ ਆਪਣੇ ਇੰਨੇ ਸਾਧਨ ਨਹੀਂ ਸੀਗੇ ਟਰੈਵਲਿੰਗ ਕਰਨ ਦੇ, ਜਿਵੇਂ ਅੱਜ ਤਾਂ ਸਕੂਟਰ, ਅੱਜ ਕੱਲ੍ਹ ਤਾਂ ਸਕੂਟਰ ਮੋਟਰਸਾਈਕਲ ਦੇ ਕਾਰਾਂ ਵਾਧੂ ਨੇ। ਹਾਂ ਵੀ ਲਾਈਟਾਂ ਨੇ ਹਰ ਥਾਂ ਤੇ ਵੀ ਪੂਰੀ ਰੌਣਕ ਮੇਲਾ। ਹਾਂਜੀ, ਉਸ ਸਮੇਂ ਤਾਂ ਮਤਲਬ ਬਲਦਾਂ ਦੇ ਨਾਲ ਗੱਡਾ ਬੰਨਿਆ ਜਾਂਦਾ ਸੀਗਾ ਜਾਂ ਸਿੰਗਲ ਬੰਦੇ ਨੇ ਕਰਨਾ ਜਾਂ ਘੋੜੇ ਘੋੜੇ ਤੇ ਸਵਾਰੀ ਕਰਦੇ ਸੀਗੇ। ਹਾਂਜੀ, ਉਸ ਟਾਈਮ ਦਾ ਇਹੀ ਆਵਾਜਾਈ ਦਾ ਸਾਧਨ ਇਹੀ ਸੀਗੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਉਸ ਸਮੇਂ ਜਿਵੇਂ ਲਾ ਲਓ ਵੀ ਬਲਦਾਂ ਤੇ ਜਾਂਦੇ ਸੀ, ਉਹ ਦੂਰ ਦੁਰਾਡੇ ਦੇ ਸਫ਼ਰ ਨੂੰ ਟਾਈਮ ਬਹੁਤ ਲੱਗ ਜਾਂਦਾ ਸੀਗਾ ਬਲਦੇ ਦੇ। ਉਹ ਨੋਰਮਲ ਗੱਲ ਹੈ, ਕਈ ਵਾਰ ਤਾਂ ਲਾ ਲਓ ਇੱਕ ਸਵੇਰੇ ਨਿਕਲੇ ਬੰਦਾ ਰਾਤ ਦਾ ਸਫ਼ਰ ਵੀ ਨਿਕਲ ਜਾਣਾ, ਦੂਜੇ ਦਿਨ ਦਿਨੇ ਜਾ ਕੇ ਸਵੇਰੇ ਪਹੁੰਚਣਾ ਹੁੰਦਾ ਸੀਗਾ। ਜਿਹੜੀ ਬਿੱਲੀ ਦੀ ਤੁਸੀਂ ਗੱਲ ਕੀਤੀ ਆ, ਹਾਂਜੀ, ਐਕਚੁਅਲੀ ਬਿੱਲੀ ਇੱਕ ਇਹੋ ਜਿਹਾ ਜਾਨਵਰ ਹੈ ਜਿਹਦੀ ਰਾਤ ਨੂੰ ਅੱਖਾਂ ਚਮਕਦੀਆਂ ਨੇ। ਹਾਂਜੀ, ਸਹੀ ਹੈ, ਸਹੀ ਹੈ, ਚਮਕਦੀਆਂ, ਬਹੁਤ ਚਮਕਦੀਆਂ। ਹਾਂ, ਹੋਰ ਰਾਤ ਰਾਤੇ ਜੋ ਜਾਂਦੇ ਸੀਗੇ ਬਿੱਲੀ ਇੱਕਦਮ ਕਈ ਵਾਰ ਸਾਹਮਣੇ ਆ ਜਾਂਦੀ ਸੀਗੀ ਜੰਗਲ, ਉਸ ਟਾਈਮ ਤਾਂ ਜੰਗਲੀ ਇਲਾਕੇ ਹੁੰਦੇ ਸੀ, ਕੱਚੇ ਰਸਤੇ ਹੁੰਦੇ ਸੀਗੇ। ਬਿਲਕੁਲ ਸਹੀ। ਹੁਣ ਜਿਹੜਾ ਗੱਡੇ ਨਾਲ ਬਲਦ ਬੰਨਿਆ ਵਾ, ਜਾਨਵਰ ਬੰਨਿਆ ਜਾਂ ਘੋੜਾ ਬੰਨਿਆ ਵਾ, ਉਹ ਇੱਕਦਮ ਰਾਤ ਚਮਕਦੀ ਅੱਖਾਂ ਦੇਖ ਕੇ ਡਰ ਜਾਂਦਾ ਸੀ ਜਾਨਵਰ। ਹਾਂ, ਆਪਣੇ ਵਰਗਾ ਚੰਗਾ ਭਲਾ ਬੰਦਾ ਡਰ ਜਾਵੇ ਤੇ ਉਹ ਤਾਂ ਫਿਰ ਜਾਨਵਰ ਹੈ। ਹਾਂ, ਉਹ ਜਾਨਵਰ ਡਰ ਜਾਂਦਾ ਸੀਗਾ, ਜਾਨਵਰ ਕਈ ਵਾਰ ਤਾਂ ਹੁੰਦਾ ਸੀਗਾ ਵੀ ਜਾਨਵਰ ਡਰ ਕੇ ਆਪਣਾ ਗੱਡਾ ਰਾਸਤੇ ਥੱਲੇ ਉਤਾਰ ਦਿੰਦਾ ਸੀ ਜਾਂ ਗੱਡਾ ਪਲਟਾ ਵੀ ਦਿੰਦਾ ਸੀਗਾ। ਵੀ ਮਤਲਬ ਵੀ ਉਸ ਟਾਈਮ ਦੇ ਪ੍ਰੀਕੋਸ਼ਨ ਰੱਖੀ ਨਾ ਉਹਨਾਂ ਨੇ ਵੀ ਭਾਈ ਵੀ ਜਦੋਂ ਬਿੱਲੀ ਰਸਤਾ ਕੱਟ ਜੇ ਤੇ ਉਹ ਜਾਨੀ ਉਹ ਗੱਲ ਪੱਕ ਗਈ ਵੀ ਭਾਈ ਅਗਰ ਬਿੱਲੀ ਨੇ ਰਸਤਾ ਕੱਟਤਾ ਤੁਹਾਡਾ ਤੇ ਬਸ ਰੁਕ ਜਾਓ, ਹਲੇ ਅੱਗੇ ਨਾ ਜਾਓ। ਹਾਂ, ਅੱਗੇ ਨਾ ਜਾਓ। ਉਹਨਾਂ ਨੇ ਫਿਰ ਤਾਂ ਕੀਤਾ ਸੀਗਾ ਵੀ ਜਾਨਵਰ ਡਰ ਨਾ ਜਾਵੇ, ਜਿੰਨੀ ਦੇਰ ਤੱਕ ਤੁਹਾਡੇ ਸਾਹਮਣੇ ਕੋਈ ਬਿੱਲੀ ਆ ਜਾਂ ਕੋਈ ਹੋਰ ਜਾਨਵਰ ਆ ਉਹ ਲੰਘ ਨਹੀਂ ਜਾਂਦਾ, ਉਨੀ ਦੇਰ ਤੱਕ ਉਹ ਰਸਤਾ ਕਰੋਸ ਨਹੀਂ ਕਰਦੇ ਸੀ, ਉੱਥੇ ਰੁਕ ਜਾਂਦੇ ਸੀ, ਠਹਿਰ ਜਾਂਦੇ ਸੀ। ਤੇ ਅੱਜ ਦੇ ਸਮੇਂ 'ਚ ਲਾ ਲਓ ਵੀ ਇਹਨੂੰ ਅੰਧ ਵਿਸ਼ਵਾਸ ਬਣਾ ਲਿਆ ਗਿਆ ਵਾ ਵੀ ਲੋਕੀ, ਮੈਂ ਤਾਂ ਕੁਛ ਏਦਾਂ ਦੇ ਪਰਸਨ ਵੀ ਦੇਖੇ ਨੇ ਜੇ ਬਿੱਲੀ ਰਸਤਾ ਕੱਟ ਜੇ ਉੱਥੇ ਖੜ ਕੇ ਲੋਕੀ ਆਪਣੀ ਜੁੱਤੀ ਸਾਈਡ ਤੇ ਖੜ ਕੇ ਜੁੱਤੀ ਝਾੜਨ ਲੱਗ ਜਾਂਦੇ ਆ। ਕਈ ਤਾਂ ਮੈਂ ਦੇਖਿਆ ਵੀ ਬੱਟੇ ਥੁੱਕ ਮਾਰ ਕੇ ਉਹਨਾਂ ਬਿੱਲੀ ਵੱਲ ਮਾਰਨ ਲੱਗ ਜਾਂਦੇ ਆ। ਚਲੋ, ਵੀ ਇਹਦਾ ਰੀਜ਼ਨ ਕੁਛ ਹੋਰ ਸੀਗਾ, ਪਰ ਇਹ ਹੁਣ ਦੇ ਟਾਈਮ ਦੇ ਵਿੱਚ ਇਹਨੂੰ ਲੋਕਾਂ ਨੇ ਅੰਧ ਵਿਸ਼ਵਾਸ ਬਣਾ ਲਿਆ ਵੀ ਇਹਦਾ ਮਤਲਬ ਅਗਰ ਅੱਗੇ ਤੋਂ ਤੁਹਾਨੂੰ ਕੋਈ ਕਵੇ ਵੀ ਬਿੱਲੀ ਨੇ ਰਸਤਾ ਕੱਟਿਆ ਤਾਂ ਤੁਹਾਨੂੰ ਪਤਾ ਤੁਸੀਂ ਕੀ ਕਰਨਾ ਹੈ ਵੀ ਤੁਸੀਂ ਆਰਾਮ ਨਾਲ ਆਪਣਾ ਰੁਕੋ, ਬਿੱਲੀ ਨਿਕਲ ਜਾਏਗੀ ਤੁਸੀਂ ਵੀ ਨਿਕਲ ਜਾਓ ਆਰਾਮ ਨਾਲ, ਇੰਜੋਏ ਕਰੋ। ਤੇ ਇਸ ਦੇ ਨਾਲ ਦਵਿੰਦਰ ਮੇਰਾ ਵੀ ਇੱਕ ਤੁਹਾਡੇ ਨਾਲ ਸਵਾਲ ਆ, ਤੁਸੀਂ ਆਮ ਆਪਣੇ ਘਰਾਂ 'ਚ ਸੁਣਿਆ ਹੋਣਾ ਵੀ ਜਿਹੜਾ ਆਪਣਾ ਰੋਟੀ ਪਕਾਉਣ ਵਾਲਾ ਤਵਾ ਹੁੰਦਾ ਵਾ, ਹਾਂਜੀ ਹਾਂਜੀ, ਤਵਾ, ਉਹ ਮੁੱਦਾ ਨਹੀਂ ਮਾਰਦੇ ਜਾਂ ਗਰਮ ਤਵੇ ਦੇ ਉੱਤੇ ਪਾਣੀ ਦਾ ਛਿੱਟਾ ਨਹੀਂ ਦੇਣਾ, ਇਹਨੂੰ ਵਹਿਮ ਮੰਨਿਆ ਜਾਂਦਾ ਵਾ। ਹਾਂ, ਇਹਦਾ ਵਹਿਮ ਦਾ ਰੀਜ਼ਨ ਕੀ ਆ, ਉਹਦੇ ਬਾਰੇ ਤੁਸੀਂ ਐਕਸਪਲੇਨ ਕਰੋ। ਦਲੇਰ ਵੀਰੇ, ਗੱਲ ਤੁਹਾਡੀ ਬਿਲਕੁਲ ਪਰਫੈਕਟ ਹੈ। ਨੋਰਮਲੀ ਨਾ ਇੱਕ ਯਾਨੀ ਮੈਂ ਦੱਸਦਾ ਨਾ, ਅਗਰ ਕੋਈ ਕਿਸੇ ਗੱਲ ਤੋਂ ਵਹਿਮ ਪਾਉਂਦਾ ਨਾ ਵੀ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜਿਹੜੇ ਆਪਣੇ ਸਿਆਣੇ ਸੀ ਨਾ ਉਹ ਬਹੁਤ ਸਿਆਣੇ ਸੀ ਅਸਲ 'ਚ, ਤਾਂਹੀਓ ਸਿਆਣੇ ਕਹਿੰਦੇ ਨਾ ਆਪਾਂ ਨੂੰ, ਉਹ ਅਸਲ 'ਚ ਲੌਜਿਕ ਸਮਝਦੇ ਸੀ ਗੱਲ ਦਾ। ਅਸਲ 'ਚ ਅੱਜ ਕੱਲ੍ਹ ਲੋਕੀ ਨਾ ਸਮਝਦੇ ਵੀ ਸ਼ਾਇਦ ਜਿਹੜੇ ਪੁਰਾਣੇ ਬੰਦੇ ਸੀ ਉਹਨਾਂ ਨੂੰ ਅਕਲ ਨਹੀਂ ਸੀਗੀ ਵੀਰੇ, ਉਹਨਾਂ ਨੂੰ ਬਹੁਤ ਅਕਲ ਸੀ, ਬਹੁਤ ਸਿਆਣੇ ਸੀ, ਪੜ੍ਹੇ ਲਿਖੇ ਘੱਟ ਸੀ ਪਰ ਉਹ ਲੌਜੀਕਲ ਸੀ, ਲੌਜੀਕਲ ਸੀ ਬੰਦੇ, ਤਰਕਸ਼ੀਲ ਸੀਗੇ। ਤੇ ਉਹ ਏਦਾਂ ਨਾ ਜਿਵੇਂ ਤੁਸੀਂ ਗੱਲ ਕੀਤੀ ਜਿਵੇਂ ਤਵੇ ਦੀ, ਹਾਂਜੀ, ਤਵਾ ਪੁੱਠਾ ਕਿਉਂ ਨਹੀਂ ਰੱਖਦੇ ਨੋਰਮਲੀ? ਪਹਿਲੀ ਗੱਲ ਪਤਾ ਕੀ ਹੈ, ਤਵਾ ਪੁੱਠਾ ਵਾ ਜਿੱਥੇ ਅੱਗ ਪੈਂਦੀ, ਲਾਟ ਵੱਜਦੀ ਅੱਗ ਦੀ, ਉੱਥੇ ਰਾਖ ਜਮ੍ਹਾਂ ਹੁੰਦੀ ਹੈ, ਹਨਾ, ਵੀ ਅਗਰ ਕੱਪੜੇ ਨੂੰ ਲੱਗ ਜੇ ਜਾਂ ਕੁਛ ਹੋਰ ਕੇ ਸੇਕ ਸੂਕ ਲੱਗ ਜੇ ਉਹ ਗੱਲ ਹੈਗੀ ਨੋਰਮਲ,
ਮੋਦਾ ਜਾਣੀ ਗਰਮ ਪਾਣੀ ਦੇ ਛਿੱਟੇ ਮਾਰੀਏ ਉੱਤੇ ਜਾਂ ਕੋਈ ਪੰਗਾ ਲੈਣ ਦੀ ਲੋੜ ਹੀ ਕੀ ਹੈ ਵੀ ਅਗਰ ਕੋਈ ਕਿਸੇ ਨੇ ਕਿਹਾ ਤੇ ਫਿਰ ਕਿਸੇ ਗਲਤ ਹੀ ਕਿਹਾ ਭਾਈ ਸਿਆਣੇ ਸਿਆਣੇ ਹੁੰਦੇ ਨੇ ਤੇ ਬਾਕੀ ਹਾਂ ਗੱਲਾਂ ਨਾਲ ਗੱਲਾਂ ਜੁੜਦੀ ਰਹਿੰਦੀਆਂ ਨੇ ਇੱਕ ਸਵਾਲ ਫਿਰ ਇਸ ਤੋਂ ਇਲਾਵਾ ਮੈਂ ਵੀ ਤੁਹਾਨੂੰ ਪੁੱਛਦਾ ਜੀ ਇਸ ਤੋਂ ਇਲਾਵਾ ਨਾਲੋ ਨਾਲ ਜ਼ਰੂਰ ਵੀਰੇ ਤੇ ਜਿਵੇਂ ਨਾ ਵੀਰਵਾਰਾਂ ਦਾ ਜਾਂ ਆਪਣਾ ਵੀਰਵਾਰ ਮੰਗਲਵਾਰ ਸ਼ਨੀਵਾਰ ਜਿਵੇਂ ਕਈ ਵਾਰ ਹੁੰਦੇ ਨੇ ਮਿੱਥੇ ਹੁੰਦੇ ਨੇ ਜਿਵੇਂ ਚਲੋ ਆਪਾਂ ਸਟਾਰਟ ਕਰਦੇ ਨਾ ਵੀ ਵੀਰਵਾਰ ਮੰਗਲਵਾਰ ਸ਼ਨੀਵਾਰ ਤੇ ਇਹਨਾਂ ਜਿਵੇਂ ਕਹਿੰਦੇ ਕੱਪੜੇ ਨੀ ਧੋਣੇ ਜਾਂ ਸਿਰ ਨੀ ਧੋਣਾ ਤੁਸੀਂ ਕੀ ਸਮਝਦੇ ਹੋ ਗੱਲ ਬਾਰੇ ਵੀ ਇਹਨਾਂ ਦਾ ਕੀ ਮਤਲਬ ਹੈ ਇਸ ਦੇ ਬਾਰੇ ਜਿਵੇਂ ਮੈਂ ਤੁਹਾਨੂੰ ਡਿਟੇਲ ਚ ਦੱਸਾਂ ਵੀ ਉਹੀ ਲਾ ਲਓ ਪੁਰਾਣੇ ਸਮੇਂ ਦੇ ਵਿੱਚ ਇਹ ਅੱਜ ਦੇ ਜੋ ਵਹਿਮ ਭਰਮ ਨੇ ਉਹ ਪੁਰਾਣੇ ਸਮੇਂ ਦੀਆਂ ਲੋੜਾਂ ਸੀਗੀਆਂ ਜ਼ਰੂਰਤਾਂ ਸੀਗੀਆਂ ਹਾਂ ਸਹੀ ਹੈ ਵੀ ਤੁਸੀਂ ਲਾ ਲਓ ਵੀ ਅੱਜ ਤਾਂ ਆਪਣੇ ਘਰਾਂ ਦੇ ਵਿੱਚ ਵਾਟਰ ਪਾਣੀ ਦੀ ਕੋਈ ਦਿੱਕਤ ਹੈ ਨਹੀਂ ਵੀ ਪਾਣੀ ਦੀ ਪੂਰੀ ਪ੍ਰੋਪਰ ਸਪਲਾਈ ਹੈ ਘਰ ਦੇ ਵਿੱਚ ਪਾਣੀ ਆ ਰਿਹਾ ਵਾ ਪਾਣੀ ਆ ਰਿਹਾ ਟੈਂਕੀਆਂ ਲੱਗੀਆਂ ਘਰਾਂ 'ਚ ਪਹਿਲਾਂ ਪੁਰਾਣੇ ਸਮੇਂ 'ਚ ਤੁਸੀਂ ਆਮ ਤੌਰ 'ਤੇ ਜਦ ਸੁਣਿਆ ਹੀ ਹੋਣਾ ਵੀ ਖੂਹ ਤੋਂ ਪਾਣੀ ਲੈਂਦੇ ਸੀ ਇੰਨਾ ਜਿਹਾ ਨੈਚੁਰਲ ਰਿਸੋਰਸਿਸ ਸੀਗੇ ਜੋ ਉਸ ਟਾਈਮ ਸਮੇਂ ਦੇ ਖੂਹ ਨਹਿਰਾਂ ਦਰਿਆ ਖੂਹ ਨਹਿਰਾਂ ਦਰਿਆ ਉਹਨਾਂ ਤੋਂ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀਗੀ ਹੁਣ ਤੋਂ ਲਾ ਲਓ ਵੀ ਕਈ ਤਾਂ 4-5 ਪਿੰਡਾਂ ਨੂੰ ਇੱਕੋ ਹੀ ਖੂਹ ਮਿਲਦਾ ਸੀਗਾ ਹਾਂ ਨੋਰਮਲ ਗੱਲ ਹੈ ਅੱਜ ਵੀ ਅੱਜ ਕੱਲ ਵੀ ਐਵੇਂ ਹੁੰਦਾ ਹਲੇ ਜਿੱਥੇ ਮੰਨ ਲਓ ਕਿਤੇ ਅਪਰੋਚ ਨਹੀਂ ਨਾ ਕਿ ਜਿੱਥੇ ਕਿਤੇ ਆਪਣਾ ਪਾਣੀ ਦੀ ਸਪਲਾਈਆਂ ਦੀ ਨੋਰਮਲੀ ਅੱਜ ਵੀ ਪਿੰਡਾਂ ਦੇ ਵਿੱਚ ਏਦਾਂ ਹੁੰਦਾ ਵੀਰੇ ਭਾਵੇਂ ਪੰਜਾਬ ਹੈ ਚਾਹੇ ਹਰਿਆਣਾ ਚਾਹੇ ਹਿਮਾਚਲ ਜਿਹੜਾ ਮਰਜ਼ੀ ਸਟੇਟ ਹੈ ਹਾਂਜੀ ਵੀ ਜਿਹੜਾ ਪਿਛੋਕੜ ਹੈ ਉੱਥੇ ਇਹਦੇ ਚੱਲਦਾ ਬਾਕੀ ਆਪਾਂ ਨੂੰ ਲੌਜਿਕ ਨਾਲ ਵੀ ਜੋੜਦੇ ਹਾਂ ਜੀ ਵੀ ਉਹ 4-5 ਪਿੰਡਾਂ ਨੂੰ ਇੱਕੋ ਹੀ ਖੂਹ ਲੱਗਦਾ ਸੀਗਾ ਤੇ ਉਹਨਾਂ ਨੂੰ ਖੂਹ ਤੋਂ ਪਾਣੀ ਲਿਆਉਣ ਲਈ ਬਹੁਤ ਦੂਰ ਦਾ ਸਫ਼ਰ ਤੈਅ ਕਰਨਾ ਪੈਂਦਾ ਸੀਗਾ ਡੇਲੀ ਰੋਜ਼ਾਨਾ ਲਾ ਲਓ ਵੀ ਪ੍ਰੈਕਟੀਕਲੀ ਉਹਨਾਂ ਦੇ 2-2.5 ਘੰਟੇ ਇਸ ਪਾਣੀ ਲਿਆਉਣ 'ਚ ਜਿਹਾ ਫੀਸ ਵੇਸਟ ਹੋ ਜਾਂਦੇ ਸੀਗੇ ਵੀ ਪ੍ਰੈਕਟੀਕਲੀ ਆਪਾਂ ਇਹ ਕਹਿ ਸਕਦੇ ਹਾਂ ਵੀ ਮਿਹਨਤ ਜ਼ਿਆਦਾ ਸੀ ਫਿਰ ਪਾਣੀ ਦੀ ਫਿਰ ਉਸ ਨਾਲ ਫੁਕਤ ਵੀ ਜ਼ਿਆਦਾ ਸੀ ਵੀ ਅਗਲਾ ਕਹਿੰਦਾ ਵੀ ਫੁਕਤ ਨੂੰ ਕਿਤੇ ਨਾ ਕਿਤੇ ਥਮਾਉਣ ਵਾਸਤੇ ਵੀ ਜਾਂ ਰੁਕਣ ਵਾਸਤੇ ਵੀ ਮਤਲਬ ਲਾ ਲਓ ਵੀ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਵੀ ਹਾਂ ਵੀ ਹਰ ਇੱਕ ਦਿਨ ਛੱਡ ਲਓ ਮੰਨ ਲਓ ਜਿਵੇਂ ਸੋਮਵਾਰ ਤੋਂ ਬਾਅਦ ਦਿਨ ਵੀ 4 ਨੇ ਸੀਗੇ ਹਾਂ ਠੀਕ ਠੀਕ ਵੀ ਪਾਣੀ ਦੀ ਘੱਟ ਵਰਤੋਂ ਕੀਤੀ ਜਾਵੇ ਤੇ ਆਪਣਾ ਕੰਮ ਵੀ ਹੋ ਜਾਵੇ ਸਹੀ ਹੈ ਸਹੀ ਹੈ ਵੀ ਆਪਣੇ ਹੋਰ ਕੰਮਾਂ ਦੇ ਵਿੱਚ ਵਿਘਨ ਨਾ ਪਵੇ ਉਹਨਾਂ ਨੇ ਤਾਂ ਇਸ ਕਰਕੇ ਉਹਨਾਂ ਨੇ ਦਿਨ ਵੀ 4 ਲਏ ਸੀਗੇ ਵੀ ਮੰਗਲਵਾਰ ਵੀਰਵਾਰ ਜਾਂ ਸ਼ਨੀਵਾਰ ਸਿਰ ਨਹੀਂ ਧੋਣਾ ਜਾਂ ਕੱਪੜੇ ਨਹੀਂ ਧੋਣੇ ਸਹੀ ਹੈ ਸਹੀ ਹੈ ਪਰ ਅੱਜ ਦੇ ਲੋਕਾਂ ਨੇ ਇਹਨਾਂ ਨੂੰ ਵਹਿਮ ਬਣਾ ਲਿਆ ਵਾ ਸਹੀ ਹੈ ਵੀਰੇ ਸਹੀ ਬਿਲਕੁਲ ਸਹੀ ਇਸ ਦੇ ਨਾਲ ਮੇਰਾ ਤੁਹਾਡੇ ਨਾਲ ਇੱਕ ਹੋਰ ਵੀ ਕੁਐਸਚਨ ਆ ਵੀ ਇੱਕ ਵਹਿਮ ਆਪਣੇ ਘਰਾਂ 'ਚ ਇੱਕ ਆਮ ਹੋਰ ਵੀ ਆ ਬਿਲਕੁਲ ਦੱਸੋ ਕਰੋ ਹੁਕਮ ਇੱਕ ਕੁਰਸੀ ਤੇ 2 ਜਣੇ ਬਹਿ ਜਾਣ ਤੇ ਉਹਨੂੰ ਮਾੜਾ ਮੰਨਿਆ ਜਾਂਦਾ ਇਹ ਤਾਂ ਨਾ ਜੀ ਇੱਕ ਕੁਰਸੀ ਤੇ 2 ਬਹਿ ਜਾਣੇ ਜਾਂ 2 ਕੁਰਸੀਆਂ ਤੇ 1 ਬਹਿ ਜੇ ਗੱਲ ਤੇ ਪਤਾ ਕੀ ਹੈ ਗਲਤੀ ਇੱਕ ਬੈਠੇ ਤਾਂ ਫਿਲਹਾਲ ਆਪਾਂ ਵੀ ਕੁਰਸੀ ਤੇ ਹੀ ਇਸ ਟਾਈਮ ਹਰ ਕੋਈ ਬਹਿੰਦਾ ਆਪਣੇ ਘਰ 'ਚ ਉਹਦਾ ਨਾ ਮੇਨ ਬੇਸਿਕ ਗੱਲ ਕੀ ਹੈ ਨਾ ਬੇਸਿਕ ਗੱਲ ਇਹ ਹੈ ਅਗਰ ਕੁਰਸੀ ਦੇ ਉੱਤੇ ਲੋੜ ਤੋਂ ਵੱਧ ਜ਼ੋਰ ਪੈ ਜੇ ਜਾਂ 2 ਕੁਰਸੀਆਂ ਤੇ ਇਕੱਲਾ ਬੰਦਾ ਬਹਿ ਜੇ ਮੈਂ ਕਹਿੰਦਾ ਜੀ ਅਗਰ ਇੱਕ ਗਲਤੀ ਤੇ ਬੰਦਾ ਡਿੱਗ ਕੇ ਥੱਲੇ ਪੈ ਜਾਏਗਾ ਵੀ ਅਗਰ 2 ਕੁਰਸੀਆਂ ਤੇ 1 ਬੰਦਾ ਬਹਿ ਗਿਆ ਜਾਂ 1 ਕੁਰਸੀ ਤੇ 2 ਬੰਦੇ ਬਹਿ ਗਏ ਨੇ ਵੀ ਅਗਰ ਮਾੜਾ ਜਿਹਾ ਵੀ ਬੈਲੈਂਸ ਗਿਆ ਤੇ ਬੰਦਾ ਗਿਰ ਸਕਦਾ ਹੈ 60 ਪੇਟ ਲੱਗ ਸਕਦੀ ਹੈ ਉਹਨੂੰ ਬਚਾਉਣ ਵਾਸਤੇ ਫਿਰ ਉਹ ਇਸ ਕਰਕੇ ਤਰਕ ਰੱਖੀ ਗਈ ਹੈ ਵੀ ਭਾਈ ਕੁਰਸੀਆਂ ਤੇ 2 ਤੇ ਨਾ ਬੈਠੋ ਬੰਦਾ ਤਾਂ ਉਹ ਕਹਿੰਦੇ ਨੇ ਇਸ ਗੱਲ ਨੂੰ ਗੱਲ ਸਿੰਪਲ ਹੈ ਬਾਕੀ ਸਮਝਣ ਵਾਲੇ ਦੀ ਸੋਚ ਵੀ ਹੁੰਦੀ ਨਾ ਤੇ ਬਾਕੀ ਗੱਲਾਂ ਹੋਰ ਨੇ ਅਗਰ ਆਪਾਂ ਦੇਖੀਏ ਤੇ ਇੱਕ ਗੱਲ ਹੋਰ ਹੈ ਜਿਵੇਂ ਆਪਣੇ ਘਰਾਂ 'ਚ ਉਹ ਕਹਿੰਦੇ ਜੁੱਤੀ ਪੁੱਠੀ ਨਹੀਂ ਰੱਖੀ ਦੀ ਜੀ ਬਿਲਕੁਲ ਸਹੀ ਗੱਲ ਹੈ ਤੁਸੀਂ ਸਹੀ ਕਹਿ ਰਹੇ ਹੋ ਇਹ ਤਾਂ ਆਪਣੇ ਹਰੇਕ ਘਰ ਦੇ ਵਿੱਚ ਆਮ ਹੀ ਸੁਣਨ ਨੂੰ ਮਿਲਦਾ ਵੀ ਪੈਰ ਦੀ ਜੁੱਤੀ ਪੁੱਠੀ ਨਹੀਂ ਰੱਖੀ ਦੀ ਜੁੱਤੀ ਪੁੱਠੀ ਨਹੀਂ ਰੱਖੀ ਦੀ ਵੀ ਜੁੱਤੀ ਤੁਹਾਡੀ ਪੁੱਠੀ ਹੈ ਤੁਹਾਡੇ ਛਿੱਤਰ ਪੈਣ ਦੀ ਤਿਆਰੀ ਹੈ ਹਾਂਜੀ 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 ਸਹੀ ਬਹਿ ਸਕਦੇ ਨੇ ਜਿੱਤਰਾ ਦੀ ਸੰਭਾਵਨਾ ਬਣੀ ਹੋਈ ਆ ਹਾਂ ਹਾਂ ਸਹੀ ਹੈ ਵੀ ਜੁੱਤੀ ਪੁੱਠੀ ਨਹੀਂ ਰੱਖੀ ਦੀ ਭਾਈ ਜੁੱਤੀਆਂ ਪੈਣਗੀਆਂ ਪਰ ਇਹਦਾ ਜੋ ਅਸਲੀ ਰੀਜਨ ਸੀ ਨਾ ਵੀ ਲਾ ਲਓ ਵੀ ਜੋ ਆਪ ਜਿਹੜੀ ਆਪਣੀ ਜੁੱਤੀ ਉਹ ਅੱਜ ਪੁਰਾਣੇ ਸਮੇਂ ਦੀ ਜਿਹੜੀ ਜੁੱਤੀ ਹੁੰਦੀ ਸੀ ਜਾਂ ਖੁੱਸੇ ਹੁੰਦੇ ਸੀ ਉਹਨਾਂ ਜੁੱਤੀਆਂ ਦੇ ਥੱਲੇ ਨਾ ਜਿਵੇਂ ਇੱਕ ਰਸਤੇ ਕੱਚੇ ਹੁੰਦੇ ਸੀਗੇ ਜੁੱਤੀਆਂ ਨੂੰ ਤਾਂ ਕਿ ਰਸਤੇ ਜੋ ਫਿਸਲੇ ਨਾ ਜੁੱਤੀਆਂ ਥੱਲੇ ਨੋਕ ਲਗਾ ਦਿੰਦੇ ਸੀ ਬ੍ਰੇਕ ਲੱਗ ਗਿਆ ਜਿਵੇਂ ਆਮ ਤੌਰ ਤੇ ਪਹਿਲਾਂ ਪੰਜਾਬੀ ਜੁੱਤੀ ਹੁੰਦੀ ਸੀ ਆਮ ਕੋਈ ਸਪੋਰਟ ਸ਼ੂਜ਼ ਹੁੰਦੇ ਨਹੀਂ ਸੀਗੇ ਹਾਂਜੀ 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 ਉਹਨਾਂ ਥੱਲੇ ਲੱਗਿਆ ਹੁੰਦਾ ਸੀ ਉਹ ਨੋਕ ਲੱਗੀ ਹੁੰਦੀ ਸੀ ਉਹ ਜੁੱਤੀ ਕਈ ਵਾਰ ਪੁੱਠੀ ਪਈ ਆ ਕੋਈ ਕਈ ਵਾਰ ਨੰਗੇ ਪੈਰੀ ਕੋਈ ਬੰਦਾ ਇਧਰ ਉਧਰ ਵਿਹੜੇ 'ਚ ਘੁੰਮ ਰਿਹਾ ਵਾ ਉਹਦਾ ਗਲਤੀ ਨਾਲ ਪੈਰ ਪੈ ਗਿਆ ਉਹਨੂੰ ਕੋਈ 60 ਪੇੜ ਨਾ ਲੱਗ ਜਾਏ ਜਾਂ ਕੁਛ ਉਹਨਾਂ ਨੂੰ ਹਾਰਮ ਨਾ ਪਹੁੰਚੇ ਇਸ ਕਰਕੇ ਕਹਿੰਦੇ ਸੀਗੇ ਵੀ ਸਿਆਣੇ ਕਹਿੰਦੇ ਸੀ ਵੀ ਜੁੱਤੀ ਪੁੱਠੀ ਨਹੀਂ ਰੱਖੀ ਦੀ ਹੈਗੀ ਘਰ ਦੇ ਵਿੱਚ ਵੀ ਲੰਘਦੇ ਵੜਦੇ ਐਵੇਂ ਨੁਕਸਾਨ ਕਰਨ ਦਾ ਕੀ ਫਾਇਦਾ ਇਹ ਨਹੀਂ ਵੀ ਅੱਜ ਦੇ ਸਮੇਂ ਵਿੱਚ ਅੱਜ ਜੁੱਤੀ ਪੁੱਠੀ ਆ ਤੁਹਾਡੇ ਤੇ ਹੁਣ ਫਿਰ ਸੰਕਟ ਦੇ ਬਾਦਲ ਗਰਜ ਰਹੇ ਨੇ ਤਿਆਰੀ ਹੋ ਰਹੀ ਆ ਵੀ ਛਿੱਤਰ ਪੈਣ ਦੀ ਸੰਭਾਵਨਾ ਬਣ ਰਹੀ ਹੈ ਸਹੀ ਹੈ ਸਹੀ ਹੈ ਲੌਜਿਕ ਤੇ ਹੈ ਵੀ ਹਾਂਜੀ ਇੱਕ ਮੈਂ ਹੋਰ ਵੀ ਤੁਹਾਨੂੰ ਮੇਰਾ ਹੁਣ ਤੁਹਾਡੇ ਨਾਲ ਸਵਾਲ ਹੈ ਇੱਕ ਦੱਸੋ ਜ਼ਰੂਰ ਜ਼ਰੂਰ ਆਪਾਂ ਆਮ ਹੀ ਘਰੇ ਦੇ ਵਿੱਚ ਸੁਣਦੇ ਆ ਵੀ ਆਪਣੇ ਘਰ ਦੇ ਵਿੱਚ ਖੜੀ ਘੜੀ ਦਾ ਬਹੁਤ ਮਾੜਾ ਹੁੰਦਾ ਵਾ ਘੜੀ ਦਾ ਸੈੱਲ ਡਾਊਨ ਆ ਜਾਂ ਵੀਕ ਆ ਉਹ ਮਾੜੀ ਮੰਨੀ ਜਾਂਦੀ ਆ ਵੀ ਗੱਲ ਤੇ ਤੁਹਾਡੀ ਠੀਕ ਹੈ ਜੀ ਬਿਲਕੁਲ ਸਹੀ ਗੱਲ ਹੈ ਵੀ ਘਰੇ ਘੜੀ ਬੰਨਣੀ ਚਾਹੀਦੀ ਬਈ ਅੱਜ ਕੱਲ੍ਹ ਦਾ ਟਾਈਮ ਹੀ ਇਹੋ ਜਿਹਾ ਨਾ ਵੀ ਹਰ ਕੋਈ ਬੰਦਾ ਕੰਮਾਂ ਕਾਰਾਂ ਵਾਲਾ ਵੈਸੇ ਅੱਜ ਕੱਲ੍ਹ ਦੀ ਗੱਲ ਛੱਡੋ ਅਗਰ ਆਪਾਂ ਅੱਜ ਤੋਂ ਜੇ ਕਿਤੇ 30 ਸਾਲ ਪਹਿਲਾਂ ਵੀ ਚਲੀ ਜਾਈਏ ਅਗਰ ਉਸ ਟਾਈਮ ਦੇ ਵੀ ਜੇ ਘੜੀ ਹੁੰਦੀ ਨਾ ਆਮ ਤੌਰ 'ਤੇ ਲੋਕਾਂ ਦੇ ਘਰ
ਵੀ ਘੜੀ ਟਾਈਮ ਦਰਸਾਏਗੀ ਤੇ ਉਸ ਮੁਤਾਬਕ ਕੰਮ ਹੋਏਗਾ ਵੀ ਭਾਈ ਸਵੇਰੇ 4 ਵਜਨੇ ਤੇ ਧਾਰਾ ਕੱਢਣੀਆਂ ਨੇ ਵੀ ਸਵੇਰੇ 5 ਵਜਨੇ ਤੇ ਝਾੜੂ ਵੱਜਣਾ ਵਾ 6 ਵਜਨੇ ਤੇ ਗੋਹਾ ਚੁੱਕਣਾ ਵਾ ਵੀ ਟਾਈਮ ਦਾ ਟਾਈਮ ਕੰਮ ਹੁੰਦਾ ਨਾ ਅਗਰ ਮੰਨ ਲਓ ਘੜੀ ਨਾ ਚੱਲੇਗੀ ਤੇ ਫਿਰ ਤਾਂ ਹੋਇਆ ਕੰਮ ਨਾ ਘੜੀ ਬੰਦ ਨੀ ਰੱਖੀ ਦੀ ਵੀ ਅਗਰ ਬੰਦ ਹੈ ਤੇ ਲਾ ਕੇ ਥੱਲੇ ਰੱਖੀ ਦੀ ਏਦਾਂ ਹੀ ਕਹਿੰਦੇ ਨਾ ਆਪਾਂ ਹਾਂਜੀ ਵੀ ਨੋਰਮਲ ਗੱਲ ਹੀ ਇਹੀ ਹੈ ਅਗਰ ਲੋਜੀਕਲ ਦੇ ਤਰੀਕੇ ਦੇਖੀਏ ਨਾ ਫਿਰ ਕੰਮ ਹੈਗਾ ਬੜਾ ਵਧੀਆ ਵੀ ਨਾਲੇ ਇੱਕ ਗੱਲ ਹੋ ਰਿਹਾ ਜੀ ਵੀ ਸਾਡੇ ਤੇ ਦਰਸ਼ਕ ਨਾ ਵੀ ਸਾਨੂੰ ਇਸ ਗੱਲ ਤੋਂ ਜੱਜ ਕਰਨ ਵੀ ਅਸੀਂ ਪੁਰਾਣੇ ਟਾਈਮ ਦੇ ਅਕੋਰਡਿੰਗ ਜੱਜ ਕਰਦੇ ਪਏ ਹਰ ਇੱਕ ਜਿਹੜਾ ਇਹ ਥੋਟ ਹੈ ਨਾ ਉਹਨੂੰ ਕਿਉਂਕਿ ਇਹ ਗੱਲਾਂ ਬਣੀਆਂ ਪੁਰਾਣੀਆਂ ਨੇ ਜੀ ਤੇ ਬਾਕੀ ਹੁਣ ਇੱਕ ਤੁਹਾਨੂੰ ਮੈਂ ਵੀ ਪੁੱਛ ਲੈਣਾ ਜੀ ਗੱਲ ਅੱਗੋ ਦੀ ਤੇ ਵੀ ਕਹਿੰਦੇ ਨੇ ਵੀ ਜਿਵੇਂ ਆਪਾਂ ਕਹਿੰਦੇ ਵੀ ਘੜੀ ਬੰਦ ਨੀ ਰੱਖੀ ਦੀ ਵੀ ਸ਼ੀਸ਼ਾ ਕਿਉਂ ਨੀ ਰੱਖੀ ਦਾ ਘਰੇ ਟੁੱਟਾ ਵੀ ਕੋਈ ਹਾਂ ਵੀ ਸ਼ੀਸ਼ਾ ਕਿਉਂ ਨੀ ਰੱਖੀ ਦਾ ਘਰ ਚ ਟੁੱਟਾ ਇਹ ਗੱਲ ਤੁਸੀਂ ਜਵਾਬ ਦਿਓ ਸ਼ੀਸ਼ਾ ਟੁੱਟਿਆ ਰੱਖਣ ਦਾ ਘਰੇ ਭਾਈ ਰੀਜ਼ਨ ਇਹ ਆ ਵੀ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਸ਼ੀਸ਼ਾ ਟੁੱਟਦਾ ਜਦੋਂ ਉਹਦੀ ਨੁੱਕਰ ਹੁੰਦੀ ਬੜੀ ਸ਼ਾਰਪ ਹੁੰਦੀ ਆ ਹਾਂ ਉਹ ਕਿਸੇ ਦਾ ਹੱਥ ਗਲਤੀ ਨਾਲ ਹੱਥ ਨਾ ਲੱਗ ਜੇ ਉੱਤੇ ਜਾਂ ਕਿਸੇ ਨੂੰ ਗਲਤੀ ਨਾਲ ਸੱਟ ਪੇਟ ਨਾ ਲੱਗ ਜੇ ਉਹ ਜੁੱਤੀ ਵਾਲਾ ਰੀਜ਼ਨ ਮੈਂ ਮੰਨਾਂਗਾ ਇਹਨੂੰ ਹਾਂ ਵੀ ਨੋਰਮਲੀ ਅਗਰ ਵੀ ਕਿਸੇ ਨੂੰ ਹਾਰਮ ਨਾ ਪਹੁੰਚੇ ਉਹਦੇ ਕਰਕੇ ਵੀ ਸ਼ੀਸ਼ਾ ਟੁੱਟਿਆ ਮਾੜਾ ਮੰਨਿਆ ਜਾਂਦਾ ਵੀ ਐਵੇਂ ਹੱਥ ਨੂੰ ਲੱਗ ਜਾਏਗਾ ਫੜਦੇ ਟਾਈਮ ਥੱਲੇ ਡਿੱਗ ਪਿਆ ਤੇ ਪੈਰ ਚ ਵੱਜ ਕੋਈ ਅਪਸ਼ਗਨ ਨਹੀਂ ਹੈਗਾ ਸ਼ੀਸ਼ਾ ਟੁੱਟਿਆ ਵੀ ਨੋਰਮਲੀ ਕਈਆਂ ਦੇ ਇਹ ਆਪਣੀ ਸੇਫਟੀ ਲਈ ਸੀਗਾ ਵੀ ਸ਼ੀਸ਼ਾ ਟੁੱਟਿਆ ਕਰੇ ਹੁਣ ਨਾ ਰੱਖੋ ਉਹਦੀ ਜਗ੍ਹਾ ਤੁਸੀਂ ਕੋਈ ਨਵਾਂ ਸ਼ੀਸ਼ਾ ਲਾ ਵੀ ਸੇਫਟੀ ਪਰਪਸ ਵਾਲੀ ਗੱਲ ਹੈ ਮੇਰਾ ਅਗਲਾ ਸਵਾਲ ਇਹ ਹੈ ਤੁਹਾਡੇ ਨਾਲ ਜੀ ਤੁਸੀਂ ਆਮ ਹੀ ਘਰਾਂ ਚ ਸੁਣਦੇ ਹੋਵੋਗੇ ਤੁਹਾਡੇ ਨਾਲ ਅਪਸ਼ਗਨ ਵਾਲੀ ਗੱਲ ਤੇ ਮੈਂ ਜਿਵੇਂ ਹੁਣ ਅਪਸ਼ਗਨ ਦੀ ਗੱਲ ਕੀਤੀ ਹੈ ਬਿਲਕੁਲ ਬਿਲਕੁਲ ਅਪਸ਼ਗਨ ਦੇ ਨਾਲ ਇੱਕ ਹੋਰ ਸਵਾਲ ਆ ਵੀ ਆਪਾਂ ਜੇ ਕਈ ਵਾਰ ਜ਼ਰੂਰੀ ਕੰਮ ਜਾਣਾ ਹੁੰਦਾ ਜਾਂ ਕੋਈ ਚੰਗੇ ਕੰਮ ਨੂੰ ਜਾਂਦੇ ਹਾਂ ਅਚਾਨਕ ਆਪਣੇ ਨੂੰ ਛਿੱਕ ਮਾਰਤੀ ਹਾਂ ਫਿਰ ਕਹਿੰਦੇ ਵੀ ਆਪਾਂ ਛਿੱਕ ਮਾਰਤੀ ਹੁਣ 10-15 ਮਿੰਟ ਰੁਕ ਕੇ ਨਿਕਲੋ ਵੀ ਛਿੱਕ ਵੱਜ ਗਈ ਆ ਛਿੱਕ ਹੁਣ ਜੇ ਹੁਣ ਨਿਕਲ ਗਏ ਅਪਸ਼ਗਨ ਮਾੜਾ ਕੁਛ ਹੋ ਸਕਦਾ ਰਸਤੇ ਦੇ ਵਿੱਚ ਹਾਂ ਦੇਖੋ ਜੀ ਛਿੱਕ ਪਤਾ ਕਿਉਂ ਕਹਿੰਦੇ ਮਾੜੀ ਵੀ ਛਿੱਕ ਦੇ ਪਹਿਲੀ ਗੱਲ ਆਈ ਚੰਗੀ ਨਹੀਂ ਲੱਗਦੀ ਬੰਦਾ ਛਿੱਕਦਾ ਸੋਹਣਾ ਲੱਗਦਾ ਕਿਤੇ ਚੰਗਾ ਥੋੜ੍ਹਾ ਲੱਗਦਾ ਤੇ ਦੂਜੀ ਗੱਲ ਪਤਾ ਕਿ ਜਦੋਂ ਛਿੱਕ ਆਉਂਦੀ ਨਾ ਬੰਦੇ ਨੂੰ ਇੱਕ ਉੱਥੋਂ ਜਿਹਾ ਲੱਗ ਜਾਂਦਾ ਗੱਲ ਨੂੰ ਤੇ ਜਿਵੇਂ ਇੱਕ ਖੰਗਾਰ ਜਿਹਾ ਬਣ ਜਾਂਦਾ ਤੇ ਬੰਦਾ ਜੂੰ ਖੰਗਣ ਲੱਗਦਾ ਛਿੱਕਣ ਲੱਗਦਾ ਉਹ ਬੰਦਾ ਆਊਟ ਆਫ ਬੈਲੈਂਸ ਹੋ ਜਾਂਦਾ ਨੋਰਮਲੀ ਹਰ ਕੋਈ ਚੀਜ਼ ਫੇਸ ਕਰਦਾ ਹੈ ਵੀ ਜਿਹੜਾ ਤੇ ਫੇਸ ਕਰਦਾ ਉਹ ਸਮਝਦਾ ਵਾ ਤੇ ਜਿਹੜਾ ਸੋਚਦਾ ਵੀ ਭਾਈ ਏਦਾਂ ਨਹੀਂ ਕਰੀਦਾ ਏਦਾਂ ਨਹੀਂ ਹੁੰਦਾ ਉਹਨੂੰ ਪਤਾ ਲੱਗ ਜਾਏਗਾ ਗੱਲ ਸੁਣ ਕੇ ਇਹ ਵੀਡੀਓ ਗੱਲ ਨਾਲ ਗੱਲ ਆਪਾਂ ਵੀ ਜੋੜਦੇ ਨੇ ਜੀ ਤੁਹਾਡੇ ਨਾਲ ਤੁਹਾਡੇ ਵਾਸਤੇ ਇੱਕ ਸਵਾਲ ਫਿਰ ਆਪਾਂ ਵੀ ਲੈਣੇ ਮੇਨ ਮੋਟਿਵ ਤਾਂ ਇਹੀ ਸੀ ਨਾ ਵੀ ਛਿੱਕ ਆਈ ਕੋਈ ਮਤਲਬ ਬੰਦਾ ਤਬੀਅਤ ਵਗੈਰਾ ਠੀਕ ਹੈਗੀ ਬੰਦਾ ਰੁਕ ਜਾਵੇ ਆਪਣਾ ਬੋਡੀ ਦੀ ਜਜਮੈਂਟ ਲੈ ਲੇ ਹਾਂ ਵੀ ਉਹ ਰਾਸਤਾ ਸਫ਼ਰ ਕਰਨ ਜੋਗਾ ਹੈਗਾ ਕਿ ਨਹੀਂ ਹੈਗਾ ਹਾਂ ਵੀ 10-15 ਮਿੰਟ ਦਾ ਸਫ਼ਰ ਤਾਂ ਲੈ ਲੈਂਦੇ ਵੀ ਭਾਈ ਵੀ ਹਾਂ ਵੀ ਬੰਦਾ ਅਗਰ ਕਾਇਮ ਹੈ ਦਰੁਸਤ ਹੈ ਤੇ ਫਿਰ ਹੀ ਬਾਹਰ ਨਿਕਲੇ ਘਰ ਤੋਂ ਵੀ ਕੋਈ ਐਵੇਂ ਖਰਾਬ ਤਬੀਅਤ ਜਾਣ ਦਾ ਕੋਈ ਫਾਇਦਾ ਹੀ ਨੀਗਾ ਤੇ ਬਾਕੀ ਇੱਕ ਤੁਹਾਡੇ ਲਈ ਵੀ ਆਪਾਂ ਸਵਾਲ ਲੈ ਗਏ ਹਾਂ ਜੀ ਜਿਵੇਂ ਆਮ ਤੌਰ ਤੇ ਕਹਿੰਦੇ ਨੀ ਹੁੰਦੇ ਜਿਵੇਂ ਕਹਿੰਦੇ ਛਿੱਕ ਮਾੜੀ ਏ ਓਦਾਂ ਆਪਾਂ ਕਹਿੰਦੇ ਹਾਂ ਜੀ ਅੱਖ ਫੜਕਣਾ ਵੀ ਮਾੜੀ ਏ ਹਾਂਜੀ ਹਾਂਜੀ ਅੱਖ ਦਾ ਵੀ ਮਤਲਬ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਅੱਖ ਫੜਕਦੀ ਕਿਉਂ ਆ ਇਹਦਾ ਮੇਨ ਰੀਜ਼ਨ ਮਤਲਬ ਅੱਖ ਫੜਕਦੀ ਹੈ ਤਾਂ ਅਨਹੋਨੀ ਆ ਪਰ ਅਨਹੋਨੀ ਕੀ ਹੈ ਵੀ ਮਤਲਬ ਅੱਖ ਜੋ ਫੜਕ ਮੇਨ ਰੀਜ਼ਨ ਅੱਖ ਫੜਕ ਦਾ ਆਪਣਾ ਜੋ ਬੋਡੀ ਦਾ ਬਲੱਡ ਸਰਕੂਲੇਸ਼ਨ ਆ ਉਹ ਵੱਧ ਜਾਣਾ ਜਿਹਨੂੰ ਕਹਿੰਦਾ ਬੀਪੀ ਵੱਧ ਗਿਆ ਬਲੱਡ ਪ੍ਰੈਸ਼ਰ ਅਪ ਬਲੱਡ ਪ੍ਰੈਸ਼ਰ ਵੱਧ ਗਿਆ ਚੰਗੀ ਚੀਜ਼ ਤਾਂ ਹੈ ਨਹੀਂ ਬਈ ਹੈ ਤਾਂ ਮਾੜੀ ਹੈ ਤੇ ਏਦਾਂ ਵਾ ਨਾ ਇੱਕ ਤਾਂ ਬੀਪੀ ਵੱਧ ਗਿਆ ਇੱਕ ਗੱਲ ਨਾਲ ਗੱਲ ਆਪਾਂ ਵੀ ਜੋੜ ਦਿੰਦੇ ਹਾਂ ਜੀ ਅੱਖ ਫੜਕਣਾ ਮਾੜਾ ਕਿਉਂ ਕਹਿੰਦੇ ਨੇ ਇੱਕ ਤਾਂ ਚਲੋ ਮੰਨ ਲਓ ਵੀ ਬਲੱਡ ਅਪ ਡਾਊਨ ਬਲੱਡ ਦਾ ਸਰਕੂਲੇਸ਼ਨ ਅਪ ਡਾਊਨ ਹੈ ਨਾ ਉਹ ਠੀਕ ਹੈ ਤੇ ਦੂਜੀ ਗੱਲ ਹੈ ਅਗਰ ਬੰਦੇ ਦੀ ਅੱਖ ਫੜਕਦੀ ਪਈ ਨਾ ਕੰਮ ਕੋਈ ਕਰਦਾ ਪਿਆ ਸਪੋਜ਼ ਕਰੋ ਚਾਹ ਲੈ ਕੇ ਜਾ ਰਿਹਾ ਅੱਖ ਫੜਕਣ ਲੱਗ ਜੇ ਦੂਜੇ ਪਾਸੇ ਹੁੰਦੀ ਤੇ ਅੱਖ ਫੜਕਦੇ ਹੋਰ ਬੰਦਾ ਕੋਈ ਮਿਸ ਹੈਪਨਿੰਗ ਦੇ ਵਿੱਚ ਹੱਥੋਂ ਚਾਹ ਜਾਵੇ ਤੇ ਕਿਸੇ ਦੇ ਪੈ ਜਾਵੇ ਹੋਰ ਕਿਤੇ ਬੰਦਾ ਕੋਈ ਕਲੇਸ਼ ਵਾਲਾ ਕੰਮ ਖੜਾ ਕੀਤਾ ਹੋਵੇ ਏਦਾਂ ਹੀ ਹੈ ਨਾ ਵੀ ਅਗਰ ਅੱਖ ਫੜਕਦੀ ਤੇ ਬੰਦਾ ਕਹਿੰਦੇ ਨਾ ਵੀ ਹਾਂ ਬਹਿ ਜਾ ਭਰਾਵਾ ਤੂੰ ਫਟਾਫਟ ਕੋਈ ਨੀ ਵੀ ਅੱਖ ਤੇ ਲਾ ਲਾ ਸਮਾਨ ਕੋਈ ਵੀ ਹਾਂ ਵੀ ਆਟਾ ਲਾ ਲਾ ਏਦਾਂ ਹੀ ਕਹਿੰਦੇ ਨਾ ਹਾਂ ਵੀ ਬੰਦੇ ਨੂੰ ਬਿਠਾ ਲੈਂਦੇ ਸਾਈਡ ਤੇ ਆਟਾ ਲਾ ਲੈ ਚਲੋ ਵੀ ਠੀਕ ਹੈ ਹੁਣ ਬਹਿ ਜਾ 2 ਮਿੰਟ ਵੀ ਤਾਂ ਕਰਕੇ ਮਿਸ ਹੈਪਨਿੰਗ ਦੋਨੇ ਪਾਸੇ ਕਹਿ ਸਕਦੇ ਹਾਂ ਲੌਜੀਕਲ ਵੀ ਤੇ ਇਲੌਜੀਕਲ ਵੀ ਹਾਂ ਅਗਰ ਕੰਮ ਕਰ ਰਿਹਾ ਤਾਂ ਵੀ ਮਾੜਾ ਕਿਸੇ ਦੇ ਆਪਾਂ ਹਾਰਮ ਕਰਤਾ ਜਾਂ ਕਿਸੇ ਨਾਲ ਲੜਾਈ ਕਲੇਸ਼ ਪੈ ਗਿਆ ਉਹ ਨੁਕਸਾਨ ਹੀ ਆ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਅੱਖ ਵਾਲੇ ਵਹਿਮ ਤੋਂ ਦਵਿੰਦਰ ਮੈਨੂੰ ਇੱਕ ਹੋਰ ਗੱਲ ਯਾਦ ਆਈ ਆ ਦੱਸੋ ਆਪਣੇ ਘਰ 'ਚ ਇੱਕ ਚੀਜ਼ ਨੂੰ ਹੋਰ ਲੈ ਕੇ ਵੀ ਟੋਕਦੇ ਆ ਬਿਲਕੁਲ ਵੀ ਰਾਤ ਨੂੰ ਨੋਹ ਨਹੀਂ ਕੱਟਣੀ ਜਾਂ ਰਾਤ ਨੂੰ ਸਿਰ 'ਚ ਕੰਘੀ ਨਹੀਂ ਮਾਰਨੀ ਹਾਂ ਵੀ ਇਹਦਾ ਕੀ ਕਾਰਨ ਆ ਕੋਈ ਗੱਲ ਨਹੀਂ ਆਪਾਂ ਕਲੀਅਰ ਕਰ ਦਿੰਦੇ ਹਾਂ ਹੁਣੇ ਕਰ ਦਿੰਦੇ ਹਾਂ ਤੇ ਏਦਾਂ ਨਾ ਜੀ ਪਹਿਲੀ ਗੱਲ ਤੇ ਨਾ ਇੱਥੇ ਜਿਹੜੇ ਵਹਿਮ ਭਰਮ ਬਣੇ ਨੇ ਇਹ ਬਣੇ ਨੇ ਪੁਰਾਣੇ ਪੁਰਾਣੇ ਟਾਈਮਾਂ ਦੇ ਹਿਸਾਬ ਨਾਲ ਆਪਾਂ ਚੱਲੀਏ ਨਾ ਚਲੋ ਆਪਾਂ ਅੱਜ ਤੋਂ ਚੱਲ ਜਾਂਦੇ 30 ਸਾਲ ਪਹਿਲਾਂ ਮਾਈਂਡ 'ਚ ਇਮੇਜ ਲੈ ਗਿਆ 30 ਸਾਲ ਪਹਿਲਾਂ ਚੱਲ ਗਏ ਆਪਣੇ 30 ਸਾਲ ਵੀ ਜ਼ਿਆਦਾ ਹੀ ਲਾ ਲਓ ਤੁਸੀਂ 60 ਤੂੰ ਲਾ ਲਓ ਅੱਜ ਤੋਂ 100 ਸਾਲ ਪਹਿਲਾਂ ਲਾ ਲਓ 50-100 ਸਾਲ ਪਹਿਲਾਂ ਚੱਲ ਜਾਣਾ ਠੀਕ ਹੈ ਨਾ 100 ਸਾਲ ਪਹਿਲਾਂ ਮੰਨ ਲਓ ਚੱਲ ਗਏ ਉਸ ਟਾਈਮ ਤੇ ਆਪਣੇ ਘਰ 'ਚ ਲਾਈਟ ਨਹੀਂ ਹੁੰਦੀ ਸੀ ਨੋਰਮਲੀ ਕਿਸੇ ਘਰ 'ਚ ਲਾਈਟ ਨਹੀਂ ਹੁੰਦੀ ਸੀ ਸਿਰਫ ਲੋ ਹੁੰਦੀ ਸੀ ਉਹ ਦੀਵਾ ਹੁੰਦਾ ਸੀ ਬੱਤੀ ਹੁੰਦੀ ਸੀ ਤੇ ਬਸ ਨੋਰਮਲ ਏਦਾਂ ਚੱਲਦਾ ਸੀ ਕੰਮ ਤੇ ਰਾਤ ਦੇ ਟਾਈਮ ਇੰਨਾ ਹਨੇਰਾ ਹੁੰਦਾ ਸੀ ਤੇ ਉਸ ਟਾਈਮ ਤੇ ਪਤਾ ਕਿਉਂ ਨਹੀਂ ਚੰਗਾ ਸਮਝਦੇ ਸੀਗੇ ਹੁਣ ਨੇਲ ਕਟਰ
ਵੀ ਰਾਤ ਦੇ ਟਾਈਮ ਸਿਰ ਖੋਲਦੇ ਕਿਉਂ ਨੀ ਸੀਗੇ ਵੀ ਭਾਈ ਹਨੇਰਾ ਵਾ ਵੀ ਐਵੇਂ ਕੋਈ ਕੀੜਾ ਪਤੰਗਾ ਸਿਰ ਤੇ ਚੜ ਜਾਏ ਉਰ ਕੇ ਤੇ ਕੋਈ ਨੁਕਸਾਨ ਕਰ ਦੇਵੇ ਨਾਲੇ ਫਿਰ ਕੰਘੀ ਮਾਰਨਾ ਵਾਲ ਉੱਡਨੇ ਨਾਲੇ ਰਾਤ ਨੂੰ ਵੀ ਨੀ ਪਤਾ ਲੱਗਦਾ ਭਾਈ ਵਾਲ ਉੱਡ ਕੇ ਜਾ ਕਿੱਥੇ ਰਹੇ ਨੇ ਹੋਰ ਭਰਾਵਾ ਆਪਣੇ ਖਾਣ ਵਾਲੀ ਚੀਜ਼ਾਂ ਚ ਵਸਤੂਆਂ ਚ ਆਪਣੇ ਵਾਲ ਉੱਡ ਕੇ ਪੈ ਸਕਦੇ ਆ ਉਧਰ ਸਬਜ਼ੀਆਂ ਪਈਆਂ ਵਾਲ ਉੱਡ ਕੇ ਜਾ ਰਹੇ ਉਧਰ ਹੋਰ ਤੁਸੀਂ ਰੋਟੀ ਖਾ ਰਹੇ ਰੋਟੀ ਦੀ ਬੁਰਕੀ ਤੋੜੀ ਨਾਲ ਹੀ ਅੰਦਰ ਇੱਕ ਨਿਕਲ ਲੰਬਾਈ ਆ ਬਾਹਰ ਇਹਦਾ ਚੁੱਕਿਆ ਤੇ ਵਾਲ ਹਾਂ ਇਸੇ ਕਰਕੇ ਪ੍ਰਿਕੋਸ਼ਨ ਹੀ ਕਹਿ ਸਕਦੇ ਇਹਨੂੰ ਸੇਫਟੀ ਲਈ ਨਹੀਂ ਅੱਜ ਦੇ ਟਾਈਮ ਵਾਸਤੇ ਵੀ ਸਹੀ ਹੈ ਹਾਂ ਉਸੇ ਮਤਲਬ ਅੱਜ ਦੇ ਟਾਈਮ ਦੇ ਵਿੱਚ ਆਪਾਂ ਇਹਨੂੰ ਵਹਿਮ ਬਣਾ ਲਿਆ ਪਰ ਉਸ ਸਮੇਂ ਦੀਆਂ ਵਹਿਮ ਇਹ ਲੋੜਾਂ ਸੀਗੀਆਂ ਹਾਂ ਇਹ ਸਾਰੇ ਲੋੜਾਂ ਦੇ ਆਧਾਰ ਤੇ ਨਾ ਗੱਲਾਂ ਸਾਰੀਆਂ ਤੇ ਉਸ ਸਮੇਂ ਦੀ ਉਹ ਜ਼ਰੂਰਤ ਸੀ ਉਹਨਾਂ ਦੀ ਤਾਂ ਉਹਨਾਂ ਨੇ ਇਸ ਚੀਜ਼ਾਂ ਦੇ ਆਪਣਾ ਸੋਲੂਸ਼ਨ ਕੱਢਿਆ ਸੀ ਇਸ ਪਰ ਅੱਜ ਦੇ ਸਮੇਂ ਆਪਾਂ ਇਹਨੂੰ ਆਪਾਂ ਕਿਸੇ ਹੋਰ ਹੀ ਪਾਸੇ ਲੈ ਆਈ ਜਾ ਰਹੇ ਹਾਂ ਤੇ ਨਾਲ ਹੀ ਫਿਰ ਇੱਕ ਤੁਹਾਡਾ ਇੱਕ ਕੁਐਸਚਨ ਆ ਵੀ ਤੁਸੀਂ ਹੁਣ ਦੇਖਿਆ ਹੋਣਾ ਵੀ ਖੁਸ਼ੀ ਦੇ ਮੌਕੇ ਦੇ ਵਿੱਚ ਵਿਆਹ ਵਾਂ ਸ਼ਾਦੀ ਦੇ ਵੀ ਕਹਿੰਦੇ ਵੀ ਆਪਾਂ ਸਭਾ ਚ ਕੱਪੜਾ ਲੈਣਾ ਹਾਂ ਹਾਂ ਵੀ ਸਵਾ ਚ ਹੀ ਕਿਉਂ ਲੈਣਾ ਸਵਾ ਜਿਵੇਂ ਆਪਾਂ ਕੁਝ ਇਹ ਲੈ ਲਓ ਵੀ ਦੋ ਮੀਟਰ ਲੈਣਾ ਦੋ ਨਹੀਂ ਹੈਗਾ ਸਵਾ ਦੋ ਲੈਣਾ ਹੁਣ ਚਲੋ ਆਪਾਂ ਇਹ ਵੀ ਗੱਲ ਕਲੀਅਰ ਕਰ ਦਿੰਦੇ ਨਾ ਆਪਾਂ ਦਰਜੀ ਕੋਲ ਜਾਂਦੇ ਹਾਂ ਕੁੜਤਾ ਪਜਾਮਾ ਸਵਾਉਂਦੇ ਹਾਂ ਦਰਜੀ ਕੀ ਕਹਿੰਦਾ ਜੀ ਭਾਜੀ 5 ਮੀਟਰ ਲੈ ਆਓ ਤੁਹਾਡਾ ਬਣ ਜਾਏਗਾ ਹਨਾ ਇਹਦੀ ਕਹਿੰਦੇ ਬੱਚੇ ਨੂੰ ਲੈ ਜਾਓ ਭਾਜੀ 2 ਮੀਟਰ ਲੈ ਆਓ ਬਣ ਜਾਏਗਾ ਕੋਈ ਗੱਲ ਨਹੀਂ ਬਣਾ ਦਿਆਂਗੇ ਕੁੜਤਾ ਬਣਾਉਣਾ ਜੀ ਭਾਜੀ 3 ਮੀਟਰ ਲੈ ਆਓ ਬਣਾ ਦਿਆਂਗੇ ਭਾਵੇਂ ਲੇਡੀਜ਼ ਕੱਪੜਾ ਜੈਂਟਸ ਕੱਪੜਾ ਕੋਈ ਵੀ ਹੈ ਅਰਾਊਂਡ ਅਬਾਊਟ ਦੇ ਵਿੱਚ ਚੱਲਦੇ ਨੇ ਉਹ ਤੇ ਪਤਾ ਕੀ ਅਗਰ ਆਪਾਂ ਪੁਰਾਣੇ ਪਿੱਛੇ ਚੱਲੀਏ ਮਾੜਾ ਜਾ ਥੋੜਾ ਜਿਹਾ ਉਹੀ ਟਾਈਮ ਫਿਰ ਬੈਕਵਰਡ ਚੱਲੀਏ ਉਹ ਕੀ ਹੁੰਦਾ ਨਾ ਆਪਾਂ ਪਿੱਛੇ ਚੱਲ ਗਏ ਹੁਣ ਪੁਰਾਣੇ ਬੰਦੇ ਸੋਚ ਗਈ ਸੀਗੀ ਭਾਈ ਦਰਜੀ ਜੇ ਕਹਿੰਦਾ ਨਾ 5 ਭਾਈ 5.25 ਰੱਖ ਸਵਾਇਆ ਕਰ ਆਪਾਂ ਖੁਸ਼ੀ ਦਾ ਕੰਮ ਕਰਨਾ ਭਾਈ ਆਪਾਂ ਆਪਣੇ ਵੱਲੋਂ ਖੂਬ 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 ਪੂਰਾ ਮਤਲਬ ਤਸੱਲੀ ਨਾਲ ਕੰਮ ਕਰਨਾ ਵੀ ਭਾਈ ਆਪਾਂ ਸਵਾਦ ਲਿਆ ਦੇਣਾ ਏਦਾਂ ਹੀ ਹੁੰਦਾ ਨਾ ਵੀ ਸਵਾਈ 'ਚ ਰੱਖਾਂਗੇ ਕੱਪੜਾ ਵਾਧਾ ਰੱਖਾਂਗੇ ਭਾਈ ਸਾਹਮਣੇ ਵਾਲੇ ਬੰਦੇ ਨੂੰ ਚੀਜ਼ ਜਾਏਗੀ ਅਗਲਾ ਦਰਜੀ ਕੋਲ ਲੈ ਕੇ ਜਾਏਗਾ ਚੈੱਕ ਕਰਾਏਗਾ ਵੀ ਕੱਪੜਾ ਪੂਰਾ ਨਹੀਂ 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 ਜੀ ਭਾਜੀ ਕੱਪੜਾ ਵਧੀਆ ਵਾਧਾ ਹੈ ਹਾਂ ਤਸੱਲੀ ਵਾਲਾ ਕੰਮ ਕੀਤਾ ਅਗਲੇ ਨੇ ਜਿਹਨੇ ਦਿੱਤਾ ਵਾ ਇਸ ਗੱਲ ਤੋਂ ਪਤਾ ਕੀ ਹੈ ਵੀ ਜਾਂ ਤੇ ਕਹਿ ਲਓ ਵੀ ਸ਼ਾਹੂਕਾਰੀ ਵੀ ਦੇਖਦੀ ਹੈ ਆਮ ਦੇਣ ਵਾਲੇ ਬੰਦੇ ਦੀ ਸ਼ਾਹੂਕਾਰੀ ਵੀ ਕੀ ਮਤਲਬ ਦਿਲ ਦੀ ਖੁਸ਼ੀ ਦੇਖਦੀ ਹੈ ਵੀ ਦੇਣ ਵਾਲੇ ਬੰਦੇ ਨੇ ਖੁਸ਼ੀ ਨਾਲ ਦਿੱਤੀ ਚੀਜ਼ ਭਾਈ ਸਵਾਈ ਹੈ ਪੂਰੀ ਹੈ ਵੱਧ ਹੈ ਏਦਾਂ ਕਰਕੇ ਵੀ ਇਹਨਾਂ ਗੱਲਾਂ ਦਾ ਬੜਾ ਯਾਨੀ ਇਫੈਕਟ ਪੈਂਦਾ ਸੀਗਾ ਅੱਜ ਵੀ ਏਦਾਂ ਹੀ ਹੁੰਦਾ ਮੰਨ ਲਓ ਕਿਸੇ ਨੂੰ ਦੇਣ ਵਾਸਤੇ ਕੋਈ ਮੰਨ ਲਓ ਕੋਈ ਬੰਦਾ ਜਾਂਦਾ ਨਾ ਤੇਰੇ ਦੁਕਾਨ ਦੇ ਕੱਪੜੇ ਵਾਲੀ ਦੇ ਭਾਈ ਇਹ ਕਹਿੰਦਾ ਵੀ ਭਾਈ ਕਿਸੇ ਭਾਈ ਸਾਹਿਬ ਨੂੰ ਆਪਾਂ ਕੱਪੜਾ ਦੇਣਾ ਵਾ ਜਾਂ ਕਿਤੇ ਆਪਾਂ ਕਿਸੇ ਲੇਡੀਜ਼ ਨੂੰ ਸੂਟ ਦੇਣਾ ਵਾ ਨੋਰਮਲੀ ਏਦਾਂ ਹੁੰਦਾ ਅਗਲਾ ਕਹਿੰਦਾ ਯਾਰ 5.25 ਦੇ ਦਿਓ ਵਧੀਆ ਬਣ ਜਾਏਗਾ ਪੱਗ ਦੇਣੀ ਵੀ 7.25 ਦਿਓ 7 ਦੀ ਵੀ ਨੀ 7.25 ਵੀ ਭਾਈ ਲੜ ਵੱਧ ਜਾਏਗਾ ਕੋਈ ਗੱਲ ਨੀ ਵੀ ਲੜ ਵਧਣਾ ਚਾਹੀਦਾ ਵਾ ਪੰਨਣ ਵਾਲਾ ਬੰਦਾ ਹਰ ਵਾਰੀ ਯਾਦ ਰੱਖੇ ਤੇ ਬਾਕੀ ਏਦਾਂ ਨਾ ਸਵੇ ਦੇ ਨਾਲ ਵੀਰੇ ਏਦਾਂ ਨਾ ਉਹੀ ਮਤਲਬ ਸਵੇ ਦਾ ਇਹੀ ਆ ਵੀ ਪੈਰ ਖੁਸ਼ੀ ਦੇ ਮੌਕੇ ਜੇ ਜਾਂ ਵਿਆਹ ਸ਼ਾਦੀ ਦੇ ਮੌਕੇ ਪੈਰ ਵਾਧੇ ਚ ਰੱਖਣਾ ਵਾ ਹਾਂ ਵਾਧੇ ਚ ਰੱਖਣਾ ਭਾਈ ਘੱਟ ਚ ਨਹੀਂ ਰੱਖਣਾ ਘੱਟ ਚ ਨਹੀਂ ਰੱਖਣਾ ਸਵੇ ਦੇ ਨਾਲ ਵੀਰੇ ਹੁਣ ਗੱਲ ਇੱਕ ਹੋਰ ਵੀ ਜੁੜਦੀ ਹੈ ਮਾੜੇ ਟਾਈਮ ਵੀ ਹਰ ਘਰਾਂ 'ਚ ਆਉਂਦੇ ਨੇ ਚੰਗੇ ਟਾਈਮ ਵੀ ਆਉਂਦੇ ਨੇ ਮਾੜੇ ਟਾਈਮ ਦੀ ਨਿਸ਼ਾਨੀਆਂ ਜਦੋਂ ਸ਼ੁਰੂ ਹੁੰਦੀਆਂ ਨੇ ਉਸ ਟਾਈਮ ਮਾੜੇ ਟਾਈਮ 'ਚ ਪਤਾ ਕੀ ਹੁੰਦਾ ਜੀ ਉਹ ਮਾੜੇ ਟਾਈਮ ਆਉਂਦੇ ਨੇ ਤੇ ਉਦੋਂ ਫਿਰ ਕੱਪੜਾ ਪਾਉਣ 'ਚ ਰੱਖਦੇ ਨੇ ਮਾੜਾ ਟਾਈਮ ਕਿਸੇ ਘਰ ਦੇ ਵਿੱਚ ਕੋਈ ਬਦਸ਼ਕਣੀ ਕੁਛ ਹੁੰਦਾ ਤੇ ਉਸ ਟਾਈਮ 'ਤੇ ਕੱਪੜਾ ਫਿਰ ਪਾਉਣ 'ਚ ਰੱਖਦੇ ਨੇ ਇਹ ਵੀ ਗੱਲ ਤੁਹਾਨੂੰ ਪਤਾ ਹੋਵੇਗੀ ਵੀ ਤੁਸੀਂ ਲਾ ਲਓ ਵੀ ਕੋਈ ਇਹ ਜੋ ਕਿਸੇ ਦੇ ਘਰੇ ਮਰਗ ਹੋਈ ਆ ਇਹ ਕੋਈ ਖੁਸ਼ੀ ਦਾ ਮੌਕਾ ਤਾਂ ਹੈ ਨੀਗਾ ਬਿਲਕੁਲ ਵੀ ਜੇ ਬੰਦਾ ਦਿਲ ਖੋਲ ਕੇ ਖਰਚੇ ਕਰੇ ਹਾਂਜੀ ਸਹੀ ਹੈ ਦੁੱਖ ਦੀ ਘੜੀ ਆ ਤਾਂ ਕਿ ਉਹਦਾ ਪਾਉਣ ਦੇ ਵਿੱਚ ਰੱਖਣ ਦਾ ਮੇਨ ਰੀਜ਼ਨ ਇਹਨਾਂ ਉਹੀ ਸੀਗਾ ਵੀ ਉਹਨਾਂ ਦਾ ਘੱਟ ਤੋਂ ਘੱਟ ਖਰਚੇ ਦੇ ਵਿੱਚ ਕੰਮ ਹੋ ਜੇ ਹਾਂ ਕਹਿ ਸਕਦੇ ਹਾਂ ਹਾਂ ਇੱਕ ਤੇ ਪਾਉਣ ਦੇ ਵਿੱਚ ਇੱਕ ਕੱਪੜਾ ਘੱਟ ਵਰਤ ਕੱਪੜਾ ਘੱਟ ਆਏਗਾ ਤੇ ਉਹ ਸਸਤਾ ਆਏਗਾ ਹਾਂ ਤੇ ਕੁਛ ਏਦਾਂ ਵੀ ਹੈ ਨਾ ਵੀ ਏਦਾਂ ਨਾ ਵੀ ਪੁਰਾਣੇ ਟਾਈਮ 'ਚ ਕੀ ਹੁੰਦਾ ਸੀਗਾ ਵੀ ਕੱਪੜਾ ਪਾਉਣ 'ਚ ਕਿਉਂ ਰੱਖਦੇ ਨੇ ਪਾਉਣ 'ਚ ਏਦਾਂ ਨਾ ਵੀ ਇੱਕ ਟਾਈਮ 'ਤੇ ਇੱਕ ਇਹੋ ਜਿਹਾ ਵੀ ਟਾਈਮ ਹੋਏਗਾ ਕੋਈ ਨਾ ਕੋਈ ਵੀ ਜਦੋਂ ਕੱਪੜਾ ਪੂਰਾ ਵੀ ਨਾ ਮਿਲਦਾ ਹੋਏਗਾ ਵੀ ਕੱਪੜਾ ਪੂਰਾ ਜਦੋਂ ਪੂਰੇ ਤੋਂ ਵੀ ਘੱਟ ਮਿਲਦਾ ਹੋਏਗਾ ਉਹਨੂੰ ਉਸ ਟਾਈਮ ਤੋਂ ਯਾਨੀ ਜੇ ਪਾਉਣ ਤੋਂ ਚੱਲਦਾ ਆ ਰਿਹਾ ਅਗਲੇ ਅੱਜ ਵੀ ਪਾਉਣ 'ਚ ਰੱਖਦੇ ਨੇ ਵੀ ਭਾਈ ਇਹ ਮਰਿਆਦਾ ਵਾ ਮਰਿਆਦਾ ਏਦਾਂ ਚੱਲਦੀ ਹੈ ਵੈਸੇ ਤਾਂ ਦਵਿੰਦਰ ਘਰ ਦੇ ਵਿੱਚ ਕੈਂਚੀ ਨੂੰ ਖੜਕਾਉਣਾ ਵੀ ਮਾੜਾ ਮੰਨਿਆ ਜਾਂਦਾ ਵਾ ਇਹ ਵੀ ਇੱਕ ਵਹਿਮ ਹੀ ਆ ਇਹਦੇ ਬਾਰੇ ਦੱਸੋ ਕੀ ਰੀਜ਼ਨ ਸੀਗਾ ਵੀ ਕੈਂਚੀ ਨੂੰ ਖੜਕਾਉਣਾ ਮਾੜਾ ਕਿਉਂ ਮੰਨਿਆ ਜਾਂਦਾ ਸਭ ਤੋਂ ਪਹਿਲਾਂ ਤਾਂ ਦਲੇਰ ਐਵੇਂ ਹੈ ਨਾ ਕੈਂਚੀ ਹੈ ਨੁਕੀਲੀ ਚੀਜ਼ ਹੈ ਔਜ਼ਾਰ ਹੈ ਲੋਹੇ ਦਾ ਬਣਿਆ ਜੋ ਇਹਦੇ ਨੈਗੇਟਿਵ ਪੁਆਇੰਟ ਵੀ ਨੇ ਨਾ ਵੀ ਆਪਾਂ ਪੋਜ਼ਿਟਿਵ ਤਾਂ ਕਹਿੰਦੇ ਆ ਭਾਈ ਇਹ ਵੀ ਕੰਮ ਦੀ ਚੀਜ਼ ਹੈ ਨੈਗੇਟਿਵ ਵੀ ਇੱਦਾਂ ਨਾ ਵੀ ਚੀਜ਼ ਖਤਰਨਾਕ ਵੀ ਇਹ ਹੈ ਕੈਂਚੀ ਖੜਕਦੀ ਮਾੜੀ ਕਿਉਂ ਹੈ ਵੀ ਕੋਈ ਨਾਲ ਬੈਠਾ ਹੋਰ ਕਿਤੇ ਕੋਈ ਕਿਸੇ ਦੀ ਉਂਗਲ ਨਾਲ ਵਿੱਚ ਆ ਜੇ ਕਿਸੇ ਦਾ ਵਾਲ ਨਾਲ ਵਿੱਚ ਆ ਜੇ ਜਾਂ ਵੀ ਕਿਤੇ ਭਰਾਵਾ ਖੜਕਾਉਂਦੇ ਜ਼ਿਆਦਾ ਹੋਈ ਹੈ ਹੋਰ ਕਿਤੇ ਲੱਗ ਵੱਜ ਜਾਂਦੀ ਹੈ ਨਾ ਖਤਰਨਾਕ ਚੀਜ਼ ਹੈ ਨਾਲੇ ਇੱਦਾਂ ਨਾ ਵੀ ਜਿਨ੍ਹਾਂ ਦੇ ਘਰ ਬੱਚੇ ਨੇ ਤੇ ਉਹਨਾਂ ਦਾ ਵੈਸੇ ਹੀ ਕੰਮ ਹੈਗਾ ਬੜਾ ਰਿਸਕੀ ਵੀ ਭਾਈ ਬੱਚਿਆਂ ਦੇ ਹੱਥ 'ਚ ਚੀਜ਼ ਆ ਜਾਈ ਤੇ ਪਰ ਹੈ ਮਾੜੀ ਹੈ ਤਾਂ ਹੀ ਉਹ ਤਾਂ ਕਹਿੰਦੇ ਕੈਂਚੀ ਖੜਕਾਓ ਨਾ ਵੀ ਹਾਂ ਵੀ ਕੈਂਚੀ ਖੜਕਾਉਂਦਾ ਤੇ ਮੰਨ ਲਓ ਬੰਦਾ ਕੈਂਚੀ ਖੜਕਾ ਰਿਹਾ ਨਾ ਬੱਚੇ ਦਾ ਵੀ ਧਿਆਨ ਉਸੇ ਚੀਜ਼ ਵੱਲ ਜਾਂਦਾ ਵੀ ਜਿਹੜੀ ਚੀਜ਼ ਖੜਕਦੀ ਪਈ ਹੈ ਬੱਚੇ ਨੇ ਥੋੜ੍ਹਾ ਵੇਖਣਾ ਫਾਇਦਾ ਹੈ ਕਿ ਨਹੀਂ ਆਇਆ ਵੀ ਖੜਕਦੀ ਕਿਉਂ ਪਈ ਹੈ ਬੱਚੇ ਨੇ ਵੀ ਕਹਿਣਾ ਵੀ ਹਾਂ ਯਾਰ ਵੇਖਾ ਮੈਂ ਵੀ ਇੱਦਾਂ ਦੇ ਕਰਕੇ ਵੇਖਾਂ ਵੀ ਚੱਲਦੀ ਕਿਵੇਂ ਬੱਚੇ ਤਾਂ ਉਹੀ ਕਰਦੇ ਨੇ ਜੋ ਉਹਨਾਂ ਦੇ ਵੱਡੇ ਕਰਦੇ ਨੇ ਉਹਨਾਂ ਨੂੰ ਦੇਖ ਕੇ ਬੱਚੇ ਸਿੱਖਦੇ ਨੇ ਬਿਲਕੁਲ ਵੀਰ
ਇੱਕ ਦਵਿੰਦਰ ਇੱਕ ਵਹਿਮ ਆਪਾਂ ਹੋਰ ਵੀ ਦੇਖਣ ਨੂੰ ਮਿਲਦਾ ਘਰਾਂ ਚ ਵੀ ਆਪਾਂ ਆਮ ਦੀ ਆਪਾਂ ਸ਼ਰਾਧ ਵਾਲੇ ਜਿਹੜੇ ਦਿਨ ਹੁੰਦੇ ਆ ਉਹ ਸ਼ਰਾਧਾਂ ਦੇ ਵਿੱਚ ਆਪਣੇ ਘਰ ਦੀ ਕੁਛ ਨਵੀਂ ਚੀਜ਼ ਜਾਂ ਕੁਛ ਨਵੇਂ ਕੱਪੜੇ ਨਹੀਂ ਖਰੀਦਦੇ ਹੈਗੇ। ਦੇਖੋ ਜੀ ਇਹ ਵੀਡੀਓ ਜਿਹੜੀ ਬਣਦੀ ਹੈ ਨਾ ਜੀ, ਸਹੀ ਮੈਨੇ ਚ ਇਹ ਬਣਦੀ ਸ਼ਰਾਧਾਂ ਦੇ ਦਿਨਾਂ ਜੀ। ਇਹ ਅਸੀਂ ਟੋਪਿਕ ਵੀ ਇਸੇ ਕਰਕੇ ਵਿੱਚ ਸ਼ਾਮਿਲ ਕੀਤਾ ਵੀ ਤਾਂ ਕਿ ਕਲੈਰੀਫਾਈ ਕਰ ਲਈਏ ਗੱਲ ਨੂੰ ਵੀ ਜਿਹੜੇ ਸ਼ਰਾਧ ਨੇ ਜੀ ਇਹ ਇਹਨਾਂ ਦਾ ਜੋ ਪਿਛੋਕੜ ਹੈ ਹਿਸਟਰੀ ਹੈ, ਮਤਲਬ ਆਪਾਂ ਕਲੈਰੀਫਾਈ ਨਹੀਂ ਕਰ ਸਕਦੇ ਵੀ ਕਿੱਥੋਂ ਨਿਕਲੀਏ, ਪਰ ਆਪਾਂ ਪ੍ਰੈਜੈਂਟ ਦੱਸ ਸਕਦੇ ਹਾਂ ਇਹਦਾ ਪ੍ਰੈਜੈਂਟ ਕੀ ਹੈ। ਦੇਖੋ ਜੀ ਹਰ ਘਰ 'ਚ ਖਰਚੇ ਨੇ, ਹਰ ਘਰ ਦੇ ਵਿੱਚ ਹਰ ਤਰ੍ਹਾਂ ਦੀ ਜ਼ਰੂਰਤ ਹੈ। ਅਤੇ ਜਿਹੜੇ ਸ਼ਰਾਧਾਂ ਦੇ ਦਿਨ ਨੇ ਇਹ ਕਈਆਂ ਲੋਕਾਂ ਦੇ ਘਰਾਂ ਦੇ ਵਿੱਚ ਨਾ ਇਹਨਾਂ ਯਾਨੀ ਕਈਆਂ ਘਰਾਂ ਦੇ ਵਿੱਚ ਸਿਸਟਮ ਹੈ ਜੀ ਵੀ ਉਹਨਾਂ ਦੇ ਪੁਰਾਣਿਆਂ ਦੇ ਪੁਰਖਿਆਂ ਦੇ ਨਾਮ 'ਤੇ ਹੁੰਦੇ ਨੇ ਰੱਖੇ, ਸ਼ਰਾਧ ਹੁੰਦੇ ਹੀ ਇਹਦੇ ਦਿਨ ਜੀ। ਅਤੇ ਹੁਣ ਜੋ ਪੁਰਖਿਆਂ ਦੇ ਨਾਮ 'ਤੇ ਰੱਖੇ ਗਏ ਦਿਨ ਨੇ ਹੁਣ ਉਹਨਾਂ ਦੇ ਵਿੱਚ ਆਪਣੇ ਪੁਰਖਿਆਂ ਦੀ ਜ਼ਰੂਰਤ ਪੂਰੀ ਕਰਨ ਦਾ ਦਿਨ ਹੁੰਦਾ ਜੀ, ਅਤੇ ਨਾ ਕਿ ਆਪਣੀ। ਖਰਚਾ ਜ਼ਿਆਦਾ ਹੁੰਦਾ ਹੈ ਅਤੇ ਖਰਚੇ ਜ਼ਿਆਦਾ ਦੇ ਵਿੱਚ ਬੰਦਾ ਆਪਣੇ ਘਰ ਦੀ ਜ਼ਰੂਰਤ ਪੂਰੀ ਕਰੇ ਜਾਂ ਆਪਣੇ ਪੁਰਖਿਆਂ ਦੇ ਨਾਮ ਦਾ ਸਮਾਨ ਰੱਖੇ। ਅਤੇ ਗੱਲ ਸਿੰਪਲ ਹੈ ਜੀ ਵੀ ਜੋ ਚੀਜ਼ ਜਿਵੇਂ ਚੱਲਦੀ ਆ ਰਹੀ, ਜੋ ਰੀਤ ਹੈ ਉਹ ਰੀਤ ਦੇ ਮੁਤਾਬਕ ਚੱਲਦਾ ਜੀ ਕੰਮ। ਸ਼ਰਾਧ ਇੱਕ ਰੀਤ ਹੈ ਜੋ ਪੁਰਾਣੀ ਰੀਤ ਹੈ ਆਪਣੇ ਹਿੰਦੂ ਧਰਮ ਤੋਂ ਚੱਲਦੀ ਆ ਰਹੀ ਹੈ ਜੀ, ਅਤੇ ਇਹਦਾ ਕੋਈ ਇਤਿਹਾਸ ਨਹੀਂ ਆਪਾਂ ਕਲੀਅਰ ਕਰ ਸਕਦੇ ਜੀ ਕਿਉਂਕਿ ਇਹ ਬਹੁਤ ਡੂੰਘਾ ਇਤਿਹਾਸ ਹੈ। ਇਹਦੇ ਵਾਸਤੇ ਅਗਰ ਜੇ ਆਪਾਂ ਅਲੱਗ ਤੋਂ ਕੋਈ ਟੋਪਿਕ ਉੱਤੇ ਕੋਈ ਵੀਡੀਓ ਬਣਾਵਾਂਗੇ ਉਹਦੇ 'ਚ ਆਪਾਂ ਸਭ ਕੁਝ ਡਿਸਕਵਰ ਕਰਾਂਗੇ ਜੀ। ਅਤੇ ਬਾਕੀ ਅੱਜ ਦੀ ਵੀਡੀਓ 'ਚ ਤੁਹਾਡੇ ਸਾਹਮਣੇ ਜੋ ਅਸੀਂ ਲੈਣਾ ਚਾਹੁੰਦੇ ਸੀਗੇ ਉਹ 'ਚੋਂ ਤੁਸੀਂ ਆਪਣਾ ਮੇਰੇ ਖਿਆਲ ਸਾਰ 'ਤੇ ਲੈ ਹੀ ਲਿਆਉਣਾ ਜੀ। ਅਤੇ ਬਾਕੀ ਹੁਣ ਆਪਾਂ ਦਲੇਰ ਜੀ ਤੋਂ ਵੀ ਪੁੱਛ ਲੈਂਦੇ ਹਾਂ ਉਹਨਾਂ ਦੇ ਕੀ ਵਿਚਾਰ ਰਹਿੰਦੇ ਤੁਹਾਡੇ ਬਾਰੇ, ਅਤੇ ਜ਼ਰੂਰ ਉਹਨਾਂ ਦੀ ਵੀ ਗੱਲ ਸੁਣੋ। ਜਿਵੇਂ ਕਿ ਆਪਾਂ ਜਵਿੰਦਰ ਵਾਰ ਵਾਰ ਇਸ ਵੀਡੀਓ ਵਿੱਚ ਗੱਲ ਕੀਤੀ ਹੈ, ਦੱਸਿਆ ਵਾ ਜਾਂ ਵੀ ਇਹ ਜਿਹੜੇ ਅੱਜ ਦੇ ਸਮੇਂ ਦੇ ਵਹਿਮ ਭਰਮ ਆ ਉਹ ਪੁਰਾਣੇ ਸਮੇਂ ਦੀਆਂ ਲੋੜਾਂ ਸੀਗੀਆਂ। ਹਾਂਜੀ ਬਿਲਕੁਲ, ਅੱਜ ਦੇ ਸਮੇਂ ਦੇ ਵਿੱਚ ਆਪਣੇ ਕੋਲ ਹਰੇਕ ਉਪਕਰਨ ਹੈਗਾ ਵਾ, ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਹੈ ਉਹ ਸਾਰੀਆਂ ਹੈਗੀਆਂ ਨੇ, ਆਪਣੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ। ਬਿਲਕੁਲ ਹੋ ਰਹੀਆਂ ਜੀ। ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲਣਾ ਚਾਹੀਦਾ, ਨਾ ਕਿ ਇਹਨੂੰ ਵਧਾਵਾ ਦੇਣਾ ਚਾਹੀਦਾ। ਬਿਲਕੁਲ, ਹੁਣ ਇੱਦਾਂ ਹੀ ਆਪਾਂ ਵਹਿਮਾਂ ਭਰਮਾਂ ਦੀ ਗੱਲ ਕਰ ਰਹੇ ਹਾਂ, ਆਪਾਂ ਨੂੰ ਵਹਿਮਾਂ ਭਰਮਾਂ ਬਾਰੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਇਹ ਦੱਸਣਾ ਚਾਹੀਦਾ ਵੀ ਇਹਦਾ ਆਹ ਰੀਜ਼ਨ ਸੀਗਾ ਕਿ ਇਹ ਐਵੇਂ ਸ਼ੁਰੂ ਹੋਈ ਸੀਗੀ, ਨਾ ਕਿ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਜੁੱਤੀ ਪੁੱਠੀ ਹੈ ਤੇਰੇ ਛਿੱਤਰ ਪੈਣਗੇ। ਹਾਂ ਦੇਖੋ ਜੀ ਬੱਚੇ, ਆਪਾਂ ਸਿੱਧੇ ਹੀ ਉਹਨੂੰ ਕਹਿਤਾ ਪਹਿਲਾਂ ਹੀ ਆਪਣੇ ਵਹਿਮ 'ਚ ਹੀ ਪਾਤਾ ਵੀ ਜੁੱਤੀ ਪੁੱਠੇ ਮੇਰੇ ਛਿੱਤਰ ਪੈਣਗੇ, ਬੱਚੇ ਨੂੰ ਹੋ ਗਿਆ ਵੀ ਮੇਰੇ ਜੁੱਤੀ ਪੁੱਠੇ ਮੇਰੇ ਛਿੱਤਰ ਪੈਣ ਹੀ ਪੈਣੇ ਨੇ। ਇਹ ਰੀਜ਼ਨ ਨਹੀਂ ਦੱਸਿਆ ਵੀ ਜੁੱਤੀ ਪੁੱਠੀ ਕਿਉਂ ਨਹੀਂ ਰੱਖੀ ਦੀ, ਇਹ ਨਹੀਂ ਦੱਸਿਆ ਹੈਗਾ ਉਹਨੂੰ। ਹਾਂ ਵੀ ਅਸਲ 'ਚ ਸਾਡਾ ਜੋ ਮੇਨ ਟੋਪਿਕ ਹੈ ਨਾ ਅੱਜ ਦਾ, ਇਹ ਸਾਡਾ ਟੋਪਿਕ ਇਹ ਨਹੀਂ ਗਾ ਵੀ ਦੋ ਕੁਰਸੀਆਂ 'ਤੇ ਨਹੀਂ ਬਹਿਣਾ ਜਾਂ ਘਰ 'ਚ ਵੀ ਆਪਣਾ ਜਿਵੇਂ ਕਹਿੰਦੇ ਨਾ ਵੀ ਹਾਂ ਵੀ ਬੰਦ ਘੜੀ ਨਹੀਂ ਰੱਖਣੀ, ਟੁੱਟਾ ਸ਼ੀਸ਼ਾ ਨਹੀਂ ਰੱਖਣਾ ਜਾਂ ਕਿਤੇ ਜਾਣ ਲੱਗੇ ਛੇਕ ਨਹੀਂ ਮਾਰਨੀ ਜਾਂ ਬਿੱਲੀ ਰਾਹ ਕੱਟ ਜੇ ਤੇ ਰੁਕਣਾ ਨਹੀਂ। ਸਾਡਾ ਟੋਪਿਕ ਹੈ ਸੀਗਾ ਵੀ ਤੁਹਾਨੂੰ ਇਹ ਗੱਲ ਤੋਂ ਕਲੈਰੀਫਾਈ ਕਰਨਾ ਵੀ ਅਗਰ ਕੋਈ ਗੱਲ ਕਹਿੰਦਾ ਤੇ ਕਿਉਂ ਕਹਿੰਦਾ, ਵੀ ਆਪਣੀ ਸੋਚ ਡਿਵੈਲਪ ਕਰਨੀ ਹੈ ਆਪਾਂ ਵੀ ਤਾਂ ਕਰਕੇ ਇਹ ਵੀਡੀਓ ਬਣਾਈਏ ਵੀ ਗੱਲ ਹਰ ਪਾਸੇ ਦੀ ਕਰਨੀ ਹੈ ਅਸੀਂ। ਵੈਸੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਇਹਨਾਂ ਵਹਿਮਾਂ ਭਰਮਾਂ 'ਚ ਨਿਕਲ ਦੀ ਲੋੜ ਆ, ਨਾ ਕਿ ਆਪਾਂ ਹੋਰ ਵਹਿਮ ਭਰਮ ਬਣਾਉਂਦੇ ਜਾਈਏ। ਅੱਜ ਦੇ ਸਮੇਂ 'ਚ ਆਪਾਂ ਵਹਿਮਾਂ 'ਚ ਨਿਕਲ ਦੀ ਬਜਾਏ ਆਪਾਂ ਹੋਰ ਵਹਿਮ ਬਣਾਈ ਜਾਂਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਲਾ ਲਓ ਤੁਸੀਂ, ਉਹ ਆਪਾਂ ਦੋਵੇਂ ਗੱਲਬਾਤ ਕਰ ਰਹੇ ਹਾਂ, ਗੱਲਾਂ ਬਾਤਾਂ ਕਰ ਰਹੇ ਹਾਂ, ਹੁਣ ਇਸ ਇੱਕ ਕਮਰੇ 'ਚ ਆਪਾਂ ਤਿੰਨ ਜਾਣੇ ਬੈਠੇ ਹਾਂ। ਹਾਂਜੀ, ਮੈਂ ਹੋ ਗਿਆ, ਤੂੰ ਹੋ ਗਿਆ, ਆਪਣਾ ਕੈਮਰਾਮੈਨ ਕੁਲਦੀਪ ਬਾਈ ਹੋ ਗਿਆ। ਬਿਲਕੁਲ ਜੀ ਬਿਲਕੁਲ। ਹਾਂਜੀ, ਹੁਣ ਆਪਾਂ ਦੋਨੇ ਆਪਸ 'ਚ ਗੱਲਾਂ ਬਾਤਾਂ ਕਰ ਰਹੇ ਹਾਂ, ਆਪਣਾ ਮਨ ਹੋਇਆ ਵੀ ਗੁਰਬਾਣੀ ਸੁਣੀਏ, ਆਪਾਂ ਗੁਰਬਾਣੀ ਲਾ ਤੀ। ਹਾਂਜੀ, ਆਪਾਂ ਗੁਰਬਾਣੀ ਸੁਣਨ ਲੱਗ ਗਏ ਤੇ ਆਪਾਂ ਦੋਨੇ ਤਾਂ ਹੈ ਕਿ ਅਸੀਂ ਵਿਹਲੇ ਸੀਗੇ। ਠੀਕ ਹੈ, ਤੇ ਹੁਣ ਕੁਲਦੀਪ ਬਾਈ ਕੈਮਰਾ ਚਲਾ ਰਿਹਾ ਸੀਗਾ, ਉਹ ਆਪਣੇ ਸ਼ੂਟ ਕਰ ਰਿਹਾ ਸੀਗਾ, ਉਹ ਤਾਂ ਹੈ ਕੰਮ ਕਰ ਰਿਹਾ ਸੀ ਕੋਈ, ਆਪਣੀ ਗੁਰਬਾਣੀ ਲਾਉਣ ਨਾਲ ਉਹ ਬੰਦਾ ਡਿਸਟਰਬ ਹੋ ਰਿਹਾ ਸੀਗਾ। ਹਾਂ ਵੀ ਉਹਦੇ ਉਹਨੇ ਆ ਕੇ ਗੁਰਬਾਣੀ ਬੰਦ ਕਰਤੀ ਤੇ ਆਪਾਂ ਨੂੰ ਇਹ ਕਹਿਤਾ ਵੀ ਤੂੰ 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 ਆਈ ਪਾਪ ਖੱਟ ਲਿਆ, ਤੂੰ ਤਾਂ ਪਾਪੀ ਬੰਦਾ ਵਾ, ਤੇਰੇ ਤਾਂ ਕਰਮ ਫੁੱਟ ਗਏ। ਹਾਂ ਇਹ ਕਹਿਣਾ ਸਹੀ ਆ ਵੀ ਉਹ ਪਾਪੀ ਆ? ਨਹੀਂ, ਇਹ ਕਹਿਣਾ ਗਲਤ ਹੈ ਜੀ। ਗਲਤ ਹੈ ਨਾ? ਹਾਂ ਕਹਿਣਾ ਗਲਤ, ਪਤਾ ਕਿਉਂ ਹੈ ਜੀ ਇਹ ਗੱਲ ਵੀ ਗੱਲ ਇਹ ਹੈ ਨਾ ਵੀ ਭਾਈ ਉਹ ਬੰਦਾ ਹੋ ਸਕਦਾ ਕੋਈ ਐਸਾ ਕੰਮ ਕਰ ਜੀ ਰੱਬ ਵੀ ਉਹਨੂੰ ਪਾਪੀ ਇਨਸਾਨ ਮੰਨੇਗਾ, ਵੀ ਉਹ ਤਾਂ ਜਿਹੜਾ ਬੰਦਾ ਆਪਣੇ ਕੰਮ ਨਾਲ ਇਮਾਨਦਾਰ ਆ ਉਹ ਪਾਪੀ ਹੋ ਸਕਦਾ? ਦੇਖੋ ਜੀ ਆਪਣੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਕਹਿਣੀ ਕੀ ਸੀਗੀ, ਉਹਨਾਂ ਦਾ ਕਹਿਣਾ ਇਹ ਸੀਗਾ ਵੀ ਭਾਈ ਤੁਸੀਂ ਰੱਬ ਨਾਲ ਜੁੜਨਾ ਵਾ ਵੀ ਨਾ ਕਿ ਲੋਕਾਂ ਨੂੰ ਵਿਖਾਉਣਾ ਤੁਸੀਂ ਜੁੜੇ ਹੋਏ, ਵੀ ਮਕਸਦ ਇਹ ਨਾ ਵੀ ਤੁਸੀਂ ਅੰਦਰੋਂ ਗੁੱਝੇ ਹੋਣੇ ਚਾਹੀਦੇ, ਅੰਦਰੋਂ ਨਿੱਘੇ ਹੋਣੇ ਚਾਹੀਦੇ ਵੀ ਅੰਦਰੋਂ ਤੁਹਾਡੀ ਸੋਚ ਹੋਣੀ ਚਾਹੀਦੀ ਉਹ ਜੀ, ਵੀ ਕਿਉਂ ਨਾ ਆਪਾਂ ਉਹਨੂੰ ਇਹ ਕਹਿਣ ਦੀ ਬਜਾਏ ਵੀ ਤੂੰ ਪਾਪੀ ਆ, ਤੂੰ ਇਹ ਆ, ਫਲਾਨਾ ਵਾ, ਟਿਮਕਾਣਾ ਵਾ, ਇਦੂ ਬੈਟਰ ਆ ਵੀ ਆਪਾਂ ਇਹ ਸਮਝੀਏ ਵੀ ਸਮੇਂ ਦੀ ਨਜ਼ਾਕਤ ਨੂੰ ਸਮਝੀਏ ਵੀ ਆਪਣੇ ਆਪਾਂ ਦੋ ਬੰਦੇ ਬੈਠ ਕੇ ਆਪਾਂ ਆਪਣੀ ਇੱਛਾ ਵਾ ਗੁਰਬਾਣੀ ਸੁਣਨ ਦੀ, ਉਹ ਬੰਦਾ ਕੰਮ ਕਰ ਰਿਹਾ ਕੰਮ ਵੱਲ ਧਿਆਨ ਆ ਉਹਦੀ ਹਜੇ ਨਹੀਂ ਮਨ ਹੈਗਾ, ਤੇ ਇਸ ਤੋਂ ਬੈਟਰ ਆ ਵੀ ਆਪਾਂ ਜਿਹੜੀ ਗੁਰਬਾਣੀ ਸੁਣ ਰਹੇ ਆਪਾਂ ਹੈਡਫੋਨ ਲਗਾ ਕੇ ਸੁਣ ਲਈਏ। ਹਾਂ ਵੀ ਆਪਾਂ ਜੇ ਆਪਣੀ ਆਪਾਂ ਨੂੰ ਲੋੜ ਆ ਆਪਾਂ ਆਪਣੀ ਜਾਂ ਆਵਾਜ਼ ਓਨੀ ਕੁ ਰੱਖੀਏ ਵੀ ਆਪਣੇ ਆਪਣੇ ਕਰਕੇ ਦੂਜਾ ਬੰਦਾ ਨੂੰ ਕੋਈ ਦਿੱਕਤ ਨਾ ਆਵੇ, ਡਿਸਟਰਬ ਨਾ ਆਵੇ। ਹਾਂ ਵੀ ਅਗਰ ਜੇ ਆਪਾਂ ਕੋਈ ਕੰਮ ਕਰਨਾ, ਭਗਤੀ ਕਰਨਾ ਕੋਈ ਮਾੜੀ ਗੱਲ ਨਹੀਂ, ਗੁਰਬਾਣੀ ਸੁਣਨਾ ਕੋਈ ਮਾੜੀ ਗੱਲ
ਹੁਣ ਤੁਹਾਨੂੰ ਦਿੱਕਤ ਹੋਏਗੀ, ਤੁਸੀਂ ਉੱਠੋਗੇ, ਕੋਈ ਮਿਹਨਤ ਕਰੋਗੇ, ਕਮਾਈ ਕਰੋਗੇ, ਅਗਰ ਤੁਹਾਨੂੰ ਕੋਈ ਕਮਾਈ ਪੇਸ਼ੇ ਤੋਂ ਕੋਈ ਦਿੱਕਤ ਹੈ, ਅਗਰ ਤੁਹਾਨੂੰ ਕੋਈ ਕੰਮ 'ਚ ਦਿੱਕਤ ਹੈ, ਤੁਸੀਂ ਕੰਮ 'ਚ ਕੋਈ ਡਿਵੈਲਪਮੈਂਟ ਕਰੋਗੇ, ਕੋਈ ਕੁਛ ਕਰੋਗੇ, ਸਾਨੂੰ ਅਗਰ ਮੰਨ ਲਓ ਵੀ ਸਾਡੀ ਵੀਡੀਓ ਬਣਾਉਣ ਦੇ ਟਾਈਮ 'ਚ ਕੋਈ ਦਿੱਕਤ ਆਏਗੀ, ਅਸੀਂ ਉਹਨੂੰ ਡਿਵੈਲਪ ਕਰਾਂਗੇ, ਟਾਈਮ ਦੇ ਨਾਲ ਮੌਕੇ ਦੀ ਨਜ਼ਾਕਤ ਦੇ ਨਾਲ ਡਿਵੈਲਪ ਹੋਣ ਦੀ ਲੋੜ ਹੈ। ਅਸੀਂ ਦੁਬਾਰਾ ਤੋਂ ਦੁਬਾਰਾ ਇਹੀ ਗੱਲ ਤਾਂ ਰਿਪੀਟ ਕਰਦੇ ਪਏ ਹਾਂ ਵੀ ਤਾਂ ਕਿ ਬੰਦੇ ਨੂੰ ਸਮਝ ਆਵੇ ਵੀ ਭਾਈ ਗੱਲ ਹੋ ਕਿਸ ਚੀਜ਼ ਦੀ ਰਹੀ ਹੈ, ਇਹ ਗੱਲ ਇਹ ਇਸ ਵੀਡੀਓ ਦੇ ਵਿੱਚ ਗੱਲ ਵਹਿਮ ਭਰਨ ਦੀ ਨਹੀਂ ਹੋ ਰਹੀ, ਗੱਲ ਕੁਛ ਹੋਰ ਹੋ ਰਹੀ ਹੈ ਅਸਲ 'ਚ, ਵੀ ਉਹਦੀ ਸਾਰ ਕੱਢਣ ਦੀ ਲੋੜ ਹੈ ਅਸਲ 'ਚ, ਵੀ ਸਾਰ ਕੱਢਣੀ ਹੈ ਆਪਾਂ ਤੇ ਸਾਰ ਤੋਂ ਆਪਾਂ ਸਿੱਖਿਆ ਲੈਣੀ ਹੈ। ਤੇ ਗੁਰਬਾਣੀ ਵਾਲੀ ਗੱਲ ਨੂੰ ਐਜ਼ ਏ ਐਗਜ਼ਾਮਪਲ ਦੇ ਤੌਰ ਤੇ ਲਿਆ ਜਾਵੇ, ਕੋਈ ਇਹਨੂੰ ਹੇਟ ਸਪੀਚ ਵੱਲ ਨਾ ਲਿਆ ਜਾਵੇ। ਮੰਨ ਲਓ ਚੀਜ਼ ਮੈਨੂੰ ਪਸੰਦ ਹੈ ਜੀ ਤੇ ਮੈਂ ਸੁਣਾਂਗਾ, ਅਗਰ ਮੰਨ ਲਓ ਦਲੇਰ ਸਾਹਿਬ ਨੂੰ ਨਹੀਂ ਪਸੰਦ, ਉਹ ਕਹਿਣਗੇ ਮੈਨੂੰ ਨਹੀਂ ਪਸੰਦ, ਇਹਨੂੰ ਬੰਦ ਕਰੋ। ਅਗਰ ਉਹਨਾਂ ਨੂੰ ਪਸੰਦ ਹੈ ਮੈਨੂੰ ਨਹੀਂ ਪਸੰਦ, ਉਹ 'ਚ ਮੇਰੀ ਸੋਚ ਹੈ ਜਾਂ ਇਹਨਾਂ ਦੀ ਸੋਚ ਹੈ, ਸੋਚ ਅਲੱਗ ਅਲੱਗ ਹੁੰਦੀ ਹੈ ਜੀ, ਹਰ ਇੱਕ ਸੋਚ ਨੂੰ ਅਲੱਗ ਤਰੀਕੇ ਨਾਲ ਕੰਮ ਕਰਨਾ ਪੈਂਦਾ ਹੈ। ਅੱਜ ਦੇ ਪੋਡਕਾਸਟ ਨੂੰ ਫਿਰ ਆਪਾਂ ਇੱਥੇ ਖਤਮ ਕਰਦੇ ਹਾਂ, ਬਾਕੀ ਗੱਲਾਂ ਆਪਾਂ ਅਗਲੇ ਪੋਡਕਾਸਟ 'ਚ ਕਰਦੇ ਹਾਂ। ਜੀ ਬਿਲਕੁਲ ਜੀ ਬਿਲਕੁਲ, ਅੱਜ ਦੇ ਪੋਡਕਾਸਟ 'ਚ ਤੁਹਾਡੇ ਲਈ ਇੰਨਾ ਹੀ, ਤੁਹਾਡੇ ਲਈ, ਸਾਡੇ ਲਈ, ਸਾਡੀ ਟੀਮ BW ਲਈ ਵੀ, ਤੇ ਅਸੀਂ ਮਿਲਾਂਗੇ ਤੁਹਾਨੂੰ ਆਪਣੇ ਨਵੇਂ ਪੋਡਕਾਸਟ ਦੇ ਵਿੱਚ। ਕਿ ਇਸ ਪੋਡਕਾਸਟ ਦੇ ਵਿੱਚ ਸਾਡੇ ਤੋਂ ਕੋਈ ਜਾਣੇ ਅਣਜਾਣੇ ਕੋਈ ਗਲਤੀ ਹੋ ਗਈ ਹੈ, ਇਸ ਦੇ ਵੀਡੀਓ 'ਚ ਤੁਹਾਡੇ ਤੋਂ ਮਾਫੀ ਮੰਗਦੇ ਹਾਂ, ਤੇ ਇਸ ਵੀਡੀਓ 'ਤੇ ਕੋਈ ਹੇਟ ਸਪੀਚ ਵੱਲ ਨਾ ਲਿਆ ਜਾਵੇ, ਇਸ ਨੂੰ ਸਿਰਫ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਲਿਆ ਜਾਵੇ ਜਾਂ ਵਹਿਮ ਭਰਮਾ ਨਿਕਲ ਦੇ ਵਿੱਚ ਯੂਜ਼ ਕੀਤਾ ਜਾਵੇ। ਅੱਜ ਦੀ ਵੀਡੀਓ ਤੁਹਾਡੇ ਵਾਸਤੇ ਇੰਨਾ ਜੀ, ਅਸੀਂ ਇੱਕ ਇਨਫੋਰਮੇਸ਼ਨਲ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਸੀ ਜੀ, ਤੇ ਤੁਸੀਂ ਇਨਫੋਰਮੇਸ਼ਨਲ ਬੇਸ ਤੇ ਹੀ ਲਿਓ, ਤੇ ਇਹਨੂੰ ਤੁਸੀਂ ਦਿਲ ਤੇ ਨਾ ਲਿਓ ਜੀ ਗੱਲਾਂ ਨੂੰ, ਅਸੀਂ ਕਈ ਗੱਲਾਂ ਕਰਦੇ ਹਾਂ ਪਰ ਸਾਰ ਸਾਡੀ ਕੁਛ ਹੋਰ ਹੀ ਹੁੰਦੀ ਹੈ ਜੀ। ਸੋ ਅੱਜ ਦੀ ਵੀਡੀਓ 'ਚ ਇੰਨਾ ਹੀ, ਅਸੀਂ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ 'ਚ, ਬਹੁਤ ਬਹੁਤ ਧੰਨਵਾਦ।